1985 ਦੇ ਵਿੱਚ ਹੀ ਇੱਕ ਸਿੱਖ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਸੀ ਕਿ ਬੇਸ਼ੱਕ ਸਿੱਖ ਮਾਨਸਿਕਤਾ ਅਜੇ ਇਸ ਘੱਲੂਘਾਰੇ ਦਾ ਪੂਰਨ ਤਰ੍ਹਾਂ ਦੇ ਨਾਲ ਅਧਿਐਨ ਕਰਨ ਦੇ ਵਾਸਤੇ ਤਿਆਰ ਨਹੀਂ, ਪਰ ਆਉਣ ਵਾਲੇ ਸਮੇਂ ਦੇ ਨਾਲ ਨਾਲ ਇਸ ਦੀਆਂ ਬਹੁਤ ਸਾਰੀਆਂ ਤੰਦਾਂ ਖੁੱਲ੍ਹਦੀਆਂ ਰਹਿਣਗੀਆਂ। ਹੌਲੀ ਹੌਲੀ ਤੁਸੀਂ ਵੇਖ ਰਹੇ ਹੋ, ਕਿਉਂਕਿ ਅੱਜ ਕੱਲ੍ਹ ਸਮਾਜਿਕ ਮਾਧਿਅਮ ਜਿਹੜਾ ਸਾਡੇ ਕੋਲ ਬਿਜਲਈ ਹੈ, ਭਾਵ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ, ਅਤੇ ਹੌਲੀ ਹੌਲੀ ਹੁਣ ਵੱਖ ਵੱਖ ਤੰਦਾਂ ਖੁੱਲ੍ਹਦੀਆਂ ਜਾ ਰਹੀਆਂ ਨੇ। 1984 ਦੇ ਘੱਲੂਘਾਰੇ ਦੇ ਵਰਤਾਰੇ ਦੇ ਜਿਹੜੇ ਵਰਤਮਾਨ ਉਸ ਸਮੇਂ ਦੇ ਗਵਾਹ ਸੀ, ਜਿਨ੍ਹਾਂ ਨੇ ਹੱਡੀ ਹੰਡਾਇਆ, ਜਿਨ੍ਹਾਂ ਨੇ ਵੇਖਿਆ, ਜਾਂ ਜਿਨ੍ਹਾਂ ਨੂੰ ਉਸ ਸੰਤਾਪ ਦਾ ਸਾਹਮਣਾ ਕਰਨਾ ਪਿਆ, ਹੁਣ ਹੌਲੀ ਹੌਲੀ ਉਹਨਾਂ ਨੇ ਆਪਣੇ ਦਰਦ ਨੂੰ ਜਾਂ ਵਾਪਰੇ ਹੋਏ ਵਰਤਾਰੇ ਨੂੰ ਪ੍ਰਗਟ ਕਰਨਾ ਸ਼ੁਰੂ ਕੀਤਾ। ਇਹ ਸਾਰਾ ਵਰਤਾਰਾ ਕਿਵੇਂ ਵਾਪਰਿਆ, ਇਹਦਾ ਪਿਛੋਕੜ, ਇਸ ਦੇ ਕਾਰਨ, ਸਰਕਾਰ ਦਾ ਰਵੱਈਆ, ਅਤੇ ਕਿਸ ਤਰ੍ਹਾਂ ਦੇ ਨਾਲ ਅਸੀਂ ਇਸ ਦਾ ਮੁਕਾਬਲਾ ਕੀਤਾ, ਇਹਦੇ ਬਾਰੇ ਤਕਰੀਬਨ ਬਹੁਤ ਸਾਰੀਆਂ ਕਿਤਾਬਾਂ 'ਚ ਲਿਖਿਆ ਜਾ ਰਿਹਾ, ਬਹੁਤ ਸਾਰੇ ਅੰਸ਼ ਤੁਸੀਂ ਪੜ੍ਹ ਸਕਦੇ ਹੋ ਜਾਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਵੇਖ ਵੀ ਸਕਦੇ ਹੋ। ਪਰ ਅੱਜ ਅਸੀਂ ਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਇੱਕ ਖਾਸ ਤੱਤ ਦਾ ਅਧਿਐਨ ਕਰਨ ਦਾ ਯਤਨ ਕਰਨਾ ਹੈ। ਮੇਰੇ ਖਿਆਲ ਨਾਲ ਦਰਵਾਜ਼ਾ ਬੰਦ ਕਰ ਲਈਏ, ਬਾਹਰੋਂ ਬੱਚਿਆਂ ਦੀ ਬਹੁਤ ਆਵਾਜ਼ ਆ ਰਹੀ ਹੈ। ਬਹੁਤ ਸਾਰੇ ਉਹਨਾਂ ਤੱਥਾਂ ਦਾ ਅਧਿਐਨ ਕਰਨ ਦਾ ਅਸੀਂ ਯਤਨ ਕਰਾਂਗੇ ਜਿਹੜੇ ਤੱਥ ਸਾਡੇ ਸਾਹਮਣੇ ਨਹੀਂ ਆ ਸਕੇ, ਜਾਂ ਫਿਰ ਜਿਨ੍ਹਾਂ ਦਾ ਅਧਿਐਨ ਬੜੀ ਸੂਖਮ ਤਰੀਕੇ ਨਾਲ ਕਰਨ ਦੀ ਲੋੜ ਹੈ। ਜਦੋਂ ਅਸੀਂ ਇਸ ਸਾਰੇ ਵਰਤਾਰੇ ਦੀ ਗੱਲ ਕਰਦੇ ਹਾਂ ਤਾਂ 1984 ਦੇ ਮਹਾਨਾਇਕ ਦੇ ਤੌਰ ਦੇ ਉੱਪਰ ਸਾਡੀ ਮਾਨਸਿਕਤਾ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਤਸਵੀਰ ਉੱਭਰਦੀ ਹੈ। ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ, ਉਹਨਾਂ ਦੇ ਗੁਣ, ਜਾਂ ਫਿਰ ਸਿੱਖ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਉਹਨਾਂ ਦੀ ਮਾਨਸਿਕਤਾ, ਇਹਨੂੰ ਸਮਝਣ ਵਾਸਤੇ ਅਸੀਂ ਸੂਰਮਾ ਅਤੇ ਸ਼ਹਾਦਤ ਸ਼ਬਦ ਦੇ ਨਾਲ ਪ੍ਰਭਾਸ਼ਿਤ ਕਰਦੇ ਹਾਂ। ਪਰ ਸੂਰਮਾ ਜਿਹੜਾ ਉਸ ਦੇ ਵਿੱਚ ਕੀ ਗੁਣ ਹੁੰਦੇ ਨੇ, ਅਤੇ ਇੱਕ ਸੂਰਮਾ ਜਿਹੜਾ ਉਹੀ ਸ਼ਹਾਦਤ ਪ੍ਰਾਪਤ ਕਰ ਸਕਦਾ ਹੈ, ਅਤੇ ਹਰ ਮੌਤ ਸ਼ਹਾਦਤ ਨਹੀਂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜਾ ਪਿਆਰਾ ਸਾਡੇ ਸਾਹਮਣੇ ਪੱਖ ਰੱਖਦੇ ਨੇ, ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਆਪਣੀ ਮਾਨਸਿਕਤਾ ਦੇ ਨਾਲ ਸੋਚਣ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਸੌਦਾ ਏਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਦੁਨੀਆਂ ਦੀ ਸ਼ਾਇਦ ਕੋਈ ਵੀ ਐਸੀ ਦੁਕਾਨ ਨਹੀਂ ਜਿੱਥੇ ਸਾਨੂੰ ਜ਼ਰੂਰਤ ਦੀਆਂ ਸਾਰੀਆਂ ਵਸਤਾਂ ਮਿਲ ਸਕਣ, ਐਸੀ ਕੋਈ ਨਹੀਂ। ਪਰ ਜਿੱਥੋਂ ਵੀ ਵਸਤ ਮਿਲਦੀ ਹੈ ਉੱਥੇ ਪਹਿਲਾਂ ਪੈਸੇ ਦੇਣੇ ਪੈਂਦੇ ਨੇ, ਬਾਅਦ ਦੇ ਵਿੱਚ ਵਸਤ ਦੀ ਪ੍ਰਾਪਤੀ ਹੁੰਦੀ ਹੈ। ਤੁਸੀਂ ਕੈਸ਼, ਡੈਬਿਟ, ਕ੍ਰੈਡਿਟ ਕਿਸੇ ਤਰ੍ਹਾਂ ਵੀ ਪੇ ਕਰਦੇ ਹੋ। ਹੁਣ ਕਹਿੰਦੇ ਕਿ ਸੌਦਾ ਏਕਤ ਹੱਟ ਹੈ, ਇੱਥੇ ਸਾਰਾ ਕੁਛ ਹੀ ਪਿਆ, ਸ਼ਾਹ ਸਤਿਗੁਰ ਪੂਰਾ, ਇਹਦਾ ਮਾਲਕ ਗੁਰੂ ਹੈ, ਪਰ ਇੱਥੋਂ ਜਿਹੜੀ ਵਸਤ ਤੁਸੀਂ ਲੈਣੀ ਹੈ ਉਹ ਲੈਣ ਦਾ ਤਰੀਕਾ ਹੋਰ ਹੈ। ਇੱਥੇ ਔਗਣ ਲੈ ਗੁਣ ਵਿਕਣੇ, ਇੱਥੇ ਔਗਣ ਛੱਡ ਜਾਓ, ਗੁਣਾਂ ਨੂੰ ਲੈ ਜਾਓ। ਸ਼ਾਹ ਸਤਿਗੁਰ ਸੂਰਾ, ਜਿਹੜਾ ਗੁਰੂ ਹੈ ਉਹ ਸ਼ਾਹ ਵੀ ਹੈ, ਇਸ ਦੁਕਾਨ ਦਾ ਮਾਲਕ ਵੀ ਹੈ, ਜਿੱਥੋਂ ਸਾਰੇ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ। ਇੱਥੇ ਪ੍ਰਾਪਤੀ ਮਤ ਸਮਝੀਏ ਕਿ ਅਸੀਂ ਮੱਥਾ ਟੇਕਦੇ ਹਾਂ, ਗੁਰੂ ਨੂੰ ਕਾਰਪੇਟਾ ਅਰਪਿਤ ਕਰਦੇ ਹਾਂ, ਇੱਕ ਦੋ ਦਸ ਵੀ ਪਾਉਣ ਕਿ ਸ਼ਾਇਦ ਉਹਨਾਂ ਦੇ ਨਾਲ ਕੁਛ ਪ੍ਰਾਪਤੀ ਹੋ ਸਕਦੀ ਹੈ। ਉਹ ਸਮਾਜਿਕ ਕੰਮਾਂ ਦੇ ਵਿੱਚ ਤਾਂ ਇਹ ਮਾਇਆ ਮਦਦਗਾਰ ਹੋ ਸਕਦੀ ਹੈ, ਰੂਹਾਨੀਅਤ ਦੇ ਰਸਤੇ ਦੇ ਵਿੱਚ ਕੇਵਲ ਅਤੇ ਕੇਵਲ ਇੱਥੋਂ ਸੌਦਾ ਖਰੀਦਣ ਦਾ ਇੱਕ ਹੀ ਤਰੀਕਾ ਹੈ, ਔਗਣ ਲੈ
ਔਗਣਾਂ ਨੂੰ ਛੱਡ ਦੇਣਾ, ਗੁਣ ਵਿਕਣੇ। ਗੁਰੂ ਪਾਤਸ਼ਾਹ ਔਗਣ ਜਿਹੜੇ ਸਾਡੇ ਖਤਮ ਕਰਦੇ ਨੇ, ਗੁਣ ਸਾਡੀ ਝੋਲੀ 'ਚ ਪਾ ਦਿੰਦੇ ਨੇ, ਅਤੇ ਉਹਦੇ ਤੋਂ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਬਚਨੇ ਦਾ ਸੂਰਾ। ਇਹ ਸਭ ਤੋਂ ਅਹਿਮ ਗੱਲ ਕਿ ਵਚਨ ਦਾ ਸੂਰਾ, ਗੁਰੂ ਜੋ ਕਹਿ ਰਿਹਾ ਅਤੇ ਜੋ ਸਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਬਿਰਧ ਬਣਿਆ ਹੋਇਆ, ਗੁਰੂ ਪਾਤਸ਼ਾਹ ਉਸ ਦੀ ਪੂਰਤੀ ਕਰਦੇ ਆ। ਔਰ ਇਹ ਇੱਕ ਸੂਰਮੇ ਦਾ ਮਹਾਨ ਗੁਣ ਹੈ, ਬਚਨੇ ਦਾ ਸੂਰਾ। ਸੂਰਮੇ ਦੇ ਬਹੁਤ ਸਾਰੇ ਗੁਣ ਹੁੰਦੇ ਨੇ, ਕਿਉਂਕਿ ਸ਼ਹਾਦਤ ਕੋਈ ਆਮ ਵਿਅਕਤੀ ਪ੍ਰਾਪਤ ਨਹੀਂ ਕਰ ਸਕਦਾ। ਉਸ ਦੀ ਮੌਤ ਨੂੰ ਜਾਂ ਉਸ ਦੇ ਸੰਸਾਰ ਦੇ ਜਾਣ ਤੋਂ ਹੀ ਸ਼ਹਾਦਤ ਦੀ ਪਰਿਭਾਸ਼ਾ ਦੇ ਦਾਇਰੇ ਦੇ ਵਿੱਚ ਵੇਖਿਆ ਜਾਂਦਾ, ਜਿਸ ਦੇ ਵਿੱਚ ਇਹ ਵਾਲੇ ਗੁਣ ਜੋ ਗੁਰੂ ਪਾਤਸ਼ਾਹ ਨੇ ਬਿਆਨ ਕੀਤੇ। ਸੋ ਪਾਤਸ਼ਾਹ ਕਹਿੰਦੇ ਨੇ ਕਿ ਸੂਰੇ ਦੇ ਜਿਹੜੇ ਗੁਣ ਨੇ, ਉਹਨਾਂ 'ਚ ਪਹਿਲਾ ਗੱਲ ਹੈ ਕਿ ਉਹ ਕੀ ਰੂਹਾਨੀਅਤ ਦੇ ਨਾਲ ਜੁੜਿਆ ਹੋਇਆ। ਪਾਤਸ਼ਾਹ ਕਹਿੰਦੇ ਸੂਰਮਾ ਤਾਂ ਉਹ ਹੈ, ਜਾਗੋ ਹਰ ਰੰਗ ਲਾਗੋ ਇਸ ਜੁਗਮੇ ਸੋ ਕਹੀਅਤ ਹੈ ਸੂਰਾ, ਕਿ ਉਹ ਸੰਸਾਰ ਦੇ ਰੰਗ ਦੇ ਵਿੱਚ ਹੈ ਜਾਂ ਨਿਰੰਕਾਰ ਦੇ ਰੰਗ ਦੇ ਵਿੱਚ। ਦੁਨੀਆਂ ਦੇ ਵਿੱਚ ਰੰਗ ਦੋ ਹੀ ਤਰ੍ਹਾਂ ਦੇ ਨੇ, ਇੱਕ ਨੂੰ ਅਸੀਂ ਕਹਿੰਦੇ ਹਾਂ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਓ ਮਜੀਠ, ਇੱਕ ਮਜੀਠੀ ਰੰਗ ਹੈ। ਇੱਕ ਹੈ ਕੱਚਾ ਰੰਗ ਕਸੁੰਬੜਾ ਥੋੜਿਆਂ ਦਿਨ ਚਾਰ ਜੀਓ, ਇੱਕ ਹੈ ਸਪਿਰਿਚੁਅਲਿਟੀ, ਇੱਕ ਹੈ ਮਟੀਰੀਅਲਿਜ਼ਮ। ਦੁਨੀਆਂ 'ਤੇ ਦੋ ਤਰ੍ਹਾਂ ਦੇ ਰੰਗ ਨੇ, ਇੱਕ ਪਦਾਰਥਵਾਦ ਹੈ, ਇੱਕ ਆਤਮਿਕ ਆਨੰਦ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਗੁਰੂ ਜੇ ਬਚਨ ਦਾ ਸੂਰਾ ਹੈ ਅਤੇ ਪਾਤਸ਼ਾਹ ਕਹਿੰਦੇ ਕਿ ਉਸ ਸੂਰਮੇ ਦੇ ਕੋਲ ਫਿਰ ਰੰਗ ਕਿਹੜਾ ਹੈ। ਜਾਗੋ ਹਰ ਰੰਗ ਲਾਗੋ ਇਸ ਜੁਗਮੇ ਸੋ ਕਹੀਅਤ ਹੈ ਸੂਰਾ, ਆਤਮ ਜਿਹੜੇ ਸਗਲ ਵਸ ਤਾਂ ਕੇ ਜਾਗਾ ਸਤਿਗੁਰ ਪੂਰਾ। ਗੁਰੂ ਦੇ ਵਿੱਚ ਇਹ ਗੁਣ ਨੇ ਅਤੇ ਤਾਂ ਹੀ ਸਾਡੇ ਕੋਲ ਆ ਸਕਦੇ ਨੇ, ਅਤੇ ਜੇ ਗੁਰੂ ਦੇ ਕੋਲ ਗੁਣ ਹੀ ਨਾ ਹੋਣ, ਜੇ ਗੁਰੂ ਹੀ ਪੂਰਾ ਨਹੀਂ ਹੈ, ਤੁਸੀਂ ਪੂਰਨਤਾ ਦੀ ਅਵਸਥਾ 'ਚ ਨਹੀਂ ਪਹੁੰਚ ਸਕਦੇ। ਇਸੇ ਕਰਕੇ ਬਚਨ ਦਾ ਸੂਰਾ ਜਿਹੜਾ ਗੁਰੂ ਹੈ ਉਹ ਸ਼ਾਹ ਸਤਿਗੁਰ ਪੂਰਾ ਵੀ ਹੈ। ਹੁਣ ਪੂਰਾ ਸ਼ਬਦ ਨੂੰ ਥੋੜ੍ਹਾ ਪਰਿਭਾਸ਼ਿਤ ਕਰੀਏ, ਗੁਰੂ ਪੂਰਾ ਹੋਵੇ ਤਾਂ ਹੀ ਸਾਡਾ ਗੁਰੂ ਪ੍ਰਤੀ ਪਿਆਰ ਪੂਰਾ ਹੋ ਸਕਦਾ, ਅਤੇ ਪਿਆਰ ਦੀ ਪੂਰਨਤਾ ਹੀ ਉੱਥੇ ਹੈ ਜਿੱਥੇ ਗੁਰੂ ਪੂਰਾ ਹੈ, ਉਸ ਤਰ੍ਹਾਂ ਇਸ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪੂਰਨਤਾ ਹੀ ਹੈ ਹੀ ਉੱਥੇ। ਜੇ ਪਿਆਰ ਦੇ ਵਿੱਚ ਅਧੂਰਾਪਨ ਨਾ ਹੋਵੇ ਤਾਂ ਪਾਤਸ਼ਾਹ ਨੂੰ ਇਹ ਨਾ ਕਹਿਣਾ ਪੈਂਦਾ ਕਿ ਪੂਰਨ ਪ੍ਰੇਮ ਪ੍ਰਤੀਤ ਸਜੇਵਤ ਗੋੜ ਮੜੀ ਮਠ ਭੂਲ ਨਾ ਮੰਨੇ। ਪੂਰਨ ਪ੍ਰੇਮ ਅਤੇ ਪਿਆਰ ਦੀ ਪੂਰਨਤਾ ਉੱਥੇ ਹੋ ਸਕਦੀ ਹੈ ਜਿੱਥੇ ਗੁਰੂ ਪੂਰਾ। ਸੂਰਮੇ ਦਾ ਅਗਲਾ ਗੁਣ ਹੈ ਉਹ ਹੈ ਕਿ ਸੇਈ ਪੂਰੇ ਸ਼ਾਹ ਵਕਤ ਦੇ ਉੱਪਰ ਲੜਨੂ ਹੈ, ਕਿ ਜਦੋਂ ਵਕਤ ਬਣ ਆਵੇ, ਸਮਾਜ ਨੂੰ ਧਰਮ ਨੂੰ ਲੋੜ ਹੋਵੇ, ਉਦੋਂ ਫਿਰ ਪੈਰ ਪਿੱਛੇ ਨਾ ਕਰੇ। ਉਹਦਾ ਅਗਲਾ ਗੁਣ ਹੈ ਰਣ ਦੇਖ ਸੂਰੇ ਚਿੱਤ ਉਲਾਸ, ਮੈਦਾਨੇ ਜੰਗ 'ਚ ਜੂਝਣ ਦਾ ਸਮਾਂ ਹੋਵੇ ਅਤੇ ਕਾਇਰ ਬਣ ਕੇ ਭੱਜੇ ਨਾ, ਮਨ ਦੇ ਵਿੱਚ ਚਾਹ ਹੋਵੇ, ਖੇੜਾ ਹੋਵੇ, ਇੱਕ ਵਿਗਾਸ ਹੋਵੇ ਜੂਝਣ ਦਾ, ਅਤੇ ਜਦੋਂ ਇਹ ਵਿਗਾਸ ਹੋਵੇ ਫਿਰ ਜਦੋਂ ਉਹ ਗਗਨ ਦਮਾਮਾ ਵੱਜਦਾ, ਗਗਨ ਦਮਾਮਾ ਵੱਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਤਾਂ, ਫਿਰ ਜਦੋਂ ਉਹ ਸਮਾਂ ਆ ਜਾਵੇ ਫਿਰ ਉਹ ਉਸ ਸਮੇਂ ਕਾਇਰਤਾ ਨਾਮ ਖਾਵੇ ਅਤੇ ਫਿਰ ਉਹ ਉੱਥੋਂ ਤੱਕ ਜੂਝੇ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੈ ਤੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਕੇ, ਫਿਰ ਉਹ ਮੈਦਾਨ ਨਾ ਛੱਡੇ। ਅਤੇ ਜਦੋਂ ਇਹ ਸਾਰੇ ਗੁਣ ਹੋਣ ਫਿਰ ਉਹਦੇ 'ਚ ਇੱਕ ਗੁਣ ਚਾਹੀਦਾ, ਸੂਰ ਬੀਰ ਬਚਨ ਕੇ ਬਲੀ। ਜਿੰਨਾ ਚਿਰ ਮਨੁੱਖ ਆਪਣੇ ਵਚਨ ਦਾ ਪੂਰਾ ਨਹੀਂ ਹੈ, ਅੱਜ ਕੁਛ ਕਹਿ ਰਿਹਾ ਕੱਲ ਕੁਛ ਕਹਿ ਰਿਹਾ, ਉਸ ਨੂੰ ਤੁਸੀਂ ਸੂਰਮਤਾਈ ਦੇ ਦਾਇਰੇ 'ਚ ਨਹੀਂ ਵੇਖੋ। ਸੂਰਾ ਉਹੀ ਹੈ ਜੋ ਕਹਿ ਦਿੱਤਾ ਅੰਤਕ ਨਿਭਾ ਦਿੱਤਾ, ਪਰ ਜੋ ਕਿਹਾ ਸੰਜੀਦਗੀ ਦੇ ਨਾਲ ਗਿਆ। ਅੱਜ ਸਾਡਾ ਸੁਭਾਅ ਕੀ ਬਣ ਗਿਆ,
ਮੇਰੀਆਂ ਇੱਥੇ ਗੱਲਾਂ ਹੋਰ ਨੇ, ਬਾਹਰ ਹੋਰ ਨੇ, ਘਰ ਦੇ ਵਿੱਚ ਹੋਰ ਨੇ, ਸਮਾਜ ਦੇ ਵਿੱਚ ਹੋਰ ਨੇ। ਇਹ ਸਾਡਾ ਸੁਭਾਅ ਬਣ ਗਿਆ ਸਾਰਿਆਂ ਦਾ, ਮੇਰਾ ਵੀ ਉਹਨਾਂ 'ਚ ਆਉਂਦਾ। ਪਰ ਜਿਹੜਾ ਸੂਰਾ ਜਿਹਦੇ ਵਿੱਚ ਇਹ ਗੁਣ ਨੇ, ਉਹ ਇਵੇਂ ਤਾਂ ਨਹੀਂ ਹੈ। ਉਹ ਜੋ ਵੀ ਬੋਲ ਰਿਹਾ ਸੰਜੀਦਗੀ ਦੇ ਨਾਲ ਹੈ, ਸੰਸੀਅਰਟੀ ਦੇ ਨਾਲ ਹੈ, ਅਤੇ ਪੂਰੀ ਜ਼ਿੰਮੇਵਾਰੀ ਦੇ ਨਾਲ ਹੈ, ਅਤੇ ਉਹ ਫਿਰ ਅੰਤ ਤੱਕ ਉਸ 'ਤੇ ਪੂਰਾ ਦਿੰਦਾ। ਇਹ ਵਿਸ਼ੇਸ਼ਤਾ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੀ, ਜੋ ਕਿਹਾ ਅੰਤ ਤੱਕ ਉਸ ਨੂੰ ਨਿਭਾਇਆ। ਇਸੇ ਕਰਕੇ ਅਸੀਂ ਯਾਦ 'ਚ ਜੁੜੇ ਬੈਠੇ ਹਾਂ, ਨਹੀਂ ਤਾਂ ਸੰਸਾਰ ਦੇ ਵਿੱਚ ਬਹੁਤ ਲੋਕ ਜਾਂਦੇ ਨੇ, ਇੱਕ ਸੈਕਿੰਡ ਦੇ ਵਿੱਚ ਕਈ ਲੋਕ ਦੁਨੀਆਂ ਤੋਂ ਜਾ ਰਹੇ ਨੇ। ਸਾਰਿਆਂ ਨੂੰ ਯਾਦ ਨਹੀਂ ਕੀਤਾ ਜਾਂਦਾ, ਸਾਰਿਆਂ ਨੂੰ ਸੂਰਮਾ ਨਹੀਂ ਕਿਹਾ ਜਾਂਦਾ, ਸਾਰਿਆਂ ਨੂੰ ਸ਼ਹਾਦਤ ਦੇ ਦਾਇਰੇ ਦੇ ਵਿੱਚ ਰੱਖ ਕੇ ਨਹੀਂ ਵੇਖਿਆ ਜਾਂਦਾ। ਬਹੁਤ ਲੋਕ ਦੁਨੀਆਂ ਤੋਂ ਜਾ ਰਹੇ ਨੇ, ਪਰ ਅਸੀਂ ਬੈਠੇ ਤਾਂ ਹਾਂ ਕਿਉਂਕਿ ਉਹਨਾਂ ਨੇ ਜੋ ਕਿਹਾ ਉਹ ਕਰਕੇ ਵਿਖਾਇਆ। ਮੈਂ ਇਸ ਕਿਤਾਬ ਦੇ ਵਿੱਚ ਜਿਹੜੀ ਗੁਰੂ ਦੀ ਹਜ਼ੂਰੀ 'ਚ ਪਈ ਹੈ, ਇਹਦੇ 'ਚ ਮੇਰਾ ਇੱਕ ਲੇਖ ਸੀ, ਉਸ ਲੇਖ ਦਾ ਸਿਰਲੇਖ ਹੀ ਇਹ ਸੀ ਕਿ ਫੌਜੀ ਜਰਨੈਲਾਂ ਨੇ ਖਤਾ ਕਿੱਥੇ ਖਾਧੀ। ਇਸ ਲੇਖ ਦਾ ਆਰੰਭ ਉੱਥੋਂ ਸ਼ੁਰੂ ਹੋਇਆ ਜਿਸ ਵੇਲੇ 1984 ਦੇ ਇਸ ਤੀਜੇ ਘੱਲੂਘਾਰੇ ਤੋਂ ਬਾਅਦ ਇੱਕ ਕਾਂਗਰਸ ਦੀ ਰੈਲੀ ਦੇ ਵਿੱਚ ਰਾਜੀਵ ਗਾਂਧੀ ਨੇ ਕਿਹਾ ਕਿ ਸਾਡਾ ਫੌਜ ਦਾ ਉਸ ਐਕਸ਼ਨ 'ਚ ਬਹੁਤ ਨੁਕਸਾਨ ਹੋਇਆ। ਉਹਨੇ ਅੰਦਾਜ਼ਨ ਗਿਣਤੀ 700 ਤੋਂ 1200 ਦੱਸੀ। ਇੱਕ ਦੇਸ਼ ਦੀ ਫੌਜ ਦੇ ਵਾਸਤੇ ਇੰਨਾ ਨੁਕਸਾਨ ਛੋਟਾ ਨਹੀਂ ਹੁੰਦਾ। ਇੱਕ ਸਿਪਾਹੀ ਦੀ ਮੌਤ ਹੋ ਜਾਵੇ, ਇੱਕ ਫੌਜੀ ਦੀ ਮੌਤ ਹੋ ਜਾਵੇ, ਸਰਕਾਰਾਂ ਹਿੱਲ ਜਾਂਦੀਆਂ ਨੇ। ਦੂਸਰੇ ਪਾਸੇ ਲੈਫਟੀਨੈਂਟ ਜਨਰਲ ਸੁੰਦਰ ਜੀ ਨੇ ਇਹ ਗੱਲ ਕਹੀ ਮੀਡੀਆ ਦੇ ਵਿੱਚ ਬਕਾਇਦਾ ਤੌਰ 'ਤੇ। ਉਹਨੇ ਕਿਹਾ ਕਿ ਸਾਨੂੰ ਖੁਫੀਆ ਵਿਭਾਗ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ। ਉਹਦੇ ਤੋਂ ਅਗਲੀ ਗੱਲ ਕਿ ਪੰਜਾਬ ਦੇ ਸੈਕਟਰੀ ਨੇ ਇਹ ਗੱਲ ਕਹੀ ਅਮਰੀਕ ਸਿੰਘ ਪੂਨੀ ਨੇ, ਪ੍ਰਿੰਸੀਪਲ ਸਕੱਤਰ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਫੌਜ ਨੂੰ ਸਾਰੀ ਜਾਣਕਾਰੀ ਦਿੱਤੀ, ਕਿੰਨੇ ਆਦਮੀ ਅਤੇ ਕਿੰਨੇ ਹਥਿਆਰ, ਅਤੇ ਫੌਜ ਅਧਿਕਾਰੀ ਜਾਂ ਇਹਨਾਂ ਦੇ ਮੁਖੀ ਸਾਡੇ ਨਾਲ ਗੱਲ ਕਰ ਸਕਦੇ ਨੇ ਕਿ ਕਿਹੜੀ ਜਾਣਕਾਰੀ ਹੈ ਜਿਹੜੀ ਅਸੀਂ ਇਹਨਾਂ ਨੂੰ ਨਹੀਂ ਦਿੱਤੀ। ਹੁਣ ਇਹਨਾਂ ਦੋਵਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਵੇਖੋ। ਇੰਟੈਲੀਜੈਂਸ ਏਜੰਸੀ ਖੁਫੀਆ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸਾਰੀ ਜਾਣਕਾਰੀ ਦਿੱਤੀ, ਫੌਜੀ ਅਧਿਕਾਰੀ ਕਹਿ ਰਹੇ ਨੇ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਦਿੱਤੀ ਗਈ, ਸਾਡਾ ਨੁਕਸਾਨ ਹੋਇਆ, ਇਹਦਾ ਕਹਿਣ ਤੋਂ ਭਾਵ ਇਹ ਸੀ। ਪਰ ਇੱਥੇ ਅਸਲ ਸੱਚ ਕੀ ਹੈ? ਅਸਲ ਸੱਚ ਇਹ ਹੈ ਕਿ ਫੌਜ ਦਾ ਅੰਦਾਜ਼ਾ ਸੀ ਕਿ ਸ਼ਮਸ਼ੀਰ ਅਤੇ ਸਰੀਰ ਲੜਦੇ, ਕਿ ਸਰੀਰਾਂ ਦੀ ਗਿਣਤੀ ਅਤੇ ਹਥਿਆਰ ਹੀ ਜੰਗ ਕਰਦੇ ਨੇ। ਉਹ ਇੱਕ ਗੱਲ ਨੂੰ ਇੱਥੋਂ ਭੁੱਲ ਗਏ ਕਿ ਹਥਿਆਰ ਅਤੇ ਸਰੀਰ ਜਦੋਂ ਜ਼ਮੀਰ ਦੇ ਨਾਲ ਆਤਮਿਕ ਰੰਗ 'ਚ ਰੰਗਿਆ ਹੁੰਦਾ ਤਾਂ ਉਹ ਸੂਰਮਾ ਬਣ ਜਾਂਦਾ, ਉਹਦਾ ਫਿਰ ਜੰਗ ਦਾ ਤਰੀਕਾ ਬਦਲ ਜਾਂਦਾ। ਹੁਣ ਇਸ ਜੰਗ ਦੇ ਵਿੱਚ ਸਰੀਰ ਨਹੀਂ, ਸ਼ਮਸ਼ੀਰ ਦੇ ਨਾਲ ਜ਼ਮੀਰ ਵੀ ਸੀ। ਸ਼ਮਸ਼ੀਰ ਦਾ ਅਤੇ ਤਦਬੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਪਹਿਲੀ ਗੱਲ ਹੁੰਦੀ ਹੈ ਕਿ ਜਿਹੜਾ ਵਿਅਕਤੀ ਸ਼ਮਸ਼ੀਰ ਚਲਾ ਰਿਹਾ ਹੈ ਕਿ ਉਹ ਆਤਮਿਕ ਤੌਰ 'ਤੇ ਰੰਗਿਆ, ਉਹਦੀ ਜ਼ਮੀਰ ਹੈ, ਅਤੇ ਦੂਜੀ ਗੱਲ ਚਲਾਉਣ ਦਾ ਢੰਗ ਹੁੰਦਾ। ਇਹ ਦੋ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ। ਤੁਹਾਡੇ ਕੋਲ ਸ਼ਮਸ਼ੀਰ ਹੋਵੇ, ਹੌਸਲਾ ਹੀ ਹੋਵੇ, ਪਰ ਚਲਾਉਣੀ ਨਾ ਆਉਂਦੀ ਹੋਵੇ। ਦੂਜੇ ਪਾਸੇ ਤੁਹਾਨੂੰ ਚਲਾਉਣੀ ਆਉਂਦੀ ਹੋਵੇ ਪਰ ਚਲਾਉਣ ਦੀ ਸਮਰੱਥਾ ਨਾ ਹੋਵੇ। ਸੋ ਇਸ ਜੰਗ ਦੇ ਵਿੱਚ, ਇਸ ਘੱਲੂਘਾਰੇ ਦੇ ਵਿੱਚ ਅਹਿਮੀਅਤ ਇਹ ਸੀ ਕਿ ਸਿੱਖਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਦੁਬਾਰਾ ਦ੍ਰਿਸ਼ਮਾਨ ਕਰ ਦਿੱਤਾ। ਉਹ ਉਹੀ ਇਤਿਹਾਸ ਜਦੋਂ ਦੋ ਸਿੱਖ, ਗਰਜਾ ਸਿੰਘ ਅਤੇ ਬੋਤਾ ਸਿੰਘ, ਜਦੋਂ ਉਹ ਦੋ ਇੱਕ ਇੰਨੀ ਵੱਡੀ ਹਕੂਮਤ ਦੇ ਖਿਲਾਫ ਖੜ ਜਾਂਦੇ ਨੇ ਅਤੇ ਉਹਨਾਂ ਦੇ ਉੱਪਰ ਹਮਲਾਵਰ ਹੋ ਕੇ ਆਇਆ ਜਲਾਲਦੀਨ ਆਪਣੇ 100 ਫੌਜੀਆਂ ਸਮੇਤ, ਇਹੀ ਕਹਿ ਕੇ ਤੁਰਦਾ ਕਿ ਦੋ ਹੀ ਨੇ,
ਬਹੁਤ ਜਲਦੀ ਖਤਮ ਕਰ ਦੇਵਾਂਗੇ। ਇਹੀ ਗੱਲ ਰਣਜੀਤ ਦਿਆਲ, ਇਹੀ ਗੱਲ ਕੁਲਦੀਪ ਬਰਾੜ ਅੰਮ੍ਰਿਤਸਰ ਦੇ ਵਿੱਚ ਇਸ ਘੱਲੂਘਾਰੇ ਤੋਂ 2 ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਆਖਦੇ ਨੇ ਕਿ ਜਦੋਂ ਤੋਪਾਂ ਚੱਲਦੀਆਂ ਨੇ, ਜਦੋਂ ਹਵਾਈ ਜਹਾਜ਼ਾਂ ਦੀ ਆਵਾਜ਼ ਆਉਂਦੀ ਹੈ, ਜਦੋਂ ਟੈਂਕ ਅੱਗ ਵਰਸਾਉਂਦੇ ਨੇ, ਵੱਡੇ ਵੱਡੇ ਜਰਨੈਲਾਂ ਦੀਆਂ ਲੱਤਾਂ ਕੰਬ ਜਾਂਦੀਆਂ। ਉਹਨਾਂ ਦੇ ਮਨ 'ਚ ਹੀ ਹੈ ਕਿ ਇੰਨੇ ਕੁ ਆਦਮੀ, ਇੰਨੇ ਕੁ ਰਵਾਇਤੀ ਹਥਿਆਰ ਫੌਜ ਦੇ ਅੱਗੇ ਕੀ ਨੇ। ਦੂਜੇ ਪਾਸੇ ਇਹੀ ਗੱਲ ਜਲਾਲਦੀਨ ਸੋਚਦਾ ਹੈ, ਦੋ ਬੰਦੇ, ਇੱਕ ਕੋਲ ਸੋਟਾ, ਇੱਕ ਕੋਲ ਤਲਵਾਰ, ਹੁਣ ਉਹ ਸਾਡੇ ਅੱਗੇ ਕੀ ਕਰ ਸਕਦੇ ਨੇ। ਪਰ ਇਹਦੇ 'ਚ ਅੰਤਰ ਇਹ ਹੈ ਕਿ ਸ਼ਮਸ਼ੀਰ ਦੇ ਨਾਲ ਜ਼ਮੀਰ ਜਿੰਦਾ ਹੈ। ਇਹੀ ਇਸ ਘੱਲੂਘਾਰੇ ਦੇ ਵਿੱਚ ਸਿੰਘਾਂ ਨੇ ਜਿਸ ਤਰ੍ਹਾਂ ਦੇ ਨਾਲ ਜੂਝ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਨੇ 18ਵੀਂ ਸਦੀ ਦੇ ਇਤਿਹਾਸ ਨੂੰ ਸਾਡੇ ਸਾਹਮਣੇ ਦ੍ਰਿਸ਼ਮਾਨ ਕੀਤਾ, ਸਾਡੇ ਸਾਹਮਣੇ ਦੁਬਾਰਾ ਪ੍ਰਗਟ ਕਰ ਦਿੱਤਾ ਕਿ ਅਸਲ ਦੇ ਵਿੱਚ ਜਿਹੜੀ ਸੂਰਮਤਾਈ ਹੈ ਉਹ ਕੀ ਹੁੰਦੀ ਹੈ। ਦੂਸਰੀ ਇਹਦੇ 'ਚ ਸਭ ਤੋਂ ਵੱਡੀ ਅਹਿਮ ਗੱਲ ਕਿ ਇਸ ਘੱਲੂਘਾਰੇ ਦੇ ਦੌਰਾਨ ਜੋ ਕੁਝ ਸਾਡੇ ਸਾਹਮਣੇ ਆਇਆ, ਜੋ ਕੁਝ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਉਹ ਇੰਝ ਨਹੀਂ ਸੀ ਜਿਵੇਂ ਸਾਨੂੰ ਦੱਸਿਆ ਗਿਆ। ਮੈਂ ਕੁਝ ਉਦਾਹਰਨਾਂ ਇਤਿਹਾਸ ਦੀਆਂ ਤੁਹਾਡੇ ਸਾਹਮਣੇ ਰੱਖਣੀਆਂ ਨੇ, ਕਿਉਂਕਿ ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਇਸ ਘੱਲੂਘਾਰੇ ਦੇ ਵਿੱਚ ਨੁਕਸਾਨ ਬਹੁਤ ਹੋਇਆ ਸਾਡੀ ਕੌਮ ਦਾ, ਸਰੀਰਾਂ ਕਰਕੇ ਨਹੀਂ, ਸਾਡੀ ਵਿਰਾਸਤ, ਸਾਡੇ ਖਜ਼ਾਨੇ, ਸਾਡੇ ਤਬਰੁਕਾਤ ਅਤੇ ਸਾਡੇ ਵਡਮੁੱਲੇ ਗ੍ਰੰਥਾਂ ਦੇ ਜਾਣ ਕਰਕੇ, ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਇਤਿਹਾਸ ਦੇ ਵਿੱਚ ਅਸੀਂ ਜਦੋਂ ਮੁਲਾਂਕਣ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਕਿਸੇ ਵਾਪਰੇ ਹੋਏ ਵਰਤਾਰੇ ਨੂੰ ਆਪਣੀ ਕੌਮ ਦੇ ਅਤੀਤ ਵੱਲ ਵੇਖਣਾ ਪੈਂਦਾ ਕਿ ਜੇਕਰ ਇਸ ਸਥਿਤੀ ਦੇ ਵਿੱਚ ਅਸੀਂ ਹੁੰਦੇ ਤਾਂ ਸਾਡਾ ਵਰਤਾਰਾ ਕਿਵੇਂ ਦਾ ਹੁੰਦਾ। ਅਸੀਂ ਇਸ ਤਰ੍ਹਾਂ ਵੇਖਦੇ ਹਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਦੀ ਪਿਸ਼ਾਵਰ ਦੀ ਜਿੱਤ, ਅਤੇ ਦੂਸਰੇ ਪਾਸੇ ਭਾਰਤੀ ਹਕੂਮਤ ਦੇ ਵੱਲੋਂ ਭੇਜੀਆਂ ਹੋਈਆਂ ਫੌਜਾਂ ਦੇ ਵੱਲੋਂ ਤਕਰੀਬਨ 8 ਜੂਨ ਤੋਂ ਬਾਅਦ ਸਾੜੀ ਗਈ ਜਾਂ ਲੁੱਟੀ ਗਈ ਰੈਫਰੈਂਸ ਲਾਇਬ੍ਰੇਰੀ ਨੂੰ ਵੇਖ ਲਓ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸੈਂਕੜੇ ਗ੍ਰੰਥ, ਜਿਹੜੇ ਗ੍ਰੰਥ ਹੱਥ ਲਿਖਤ ਸਨ, ਕੁਝ ਗ੍ਰੰਥ ਐਸੇ ਜਿਨ੍ਹਾਂ ਦੇ ਉੱਪਰ ਗੁਰੂ ਪਾਤਸ਼ਾਹ ਦੇ ਦਸਤਖਤ ਸਨ, ਕੁਝ ਗੁਰੂ ਪਾਤਸ਼ਾਹ ਦੇ ਐਸੇ ਸਰੂਪ ਜਿਹੜੇ ਗੁਰੂ ਪਾਤਸ਼ਾਹ ਦੇ ਉਸ ਸਮੇਂ ਦੇ ਜਿਹੜੇ ਦਰਬਾਰੀ ਲਿਖਾਰੀ ਅਤੇ ਕਵੀ ਸੀ ਉਹਨਾਂ ਦੇ ਕੋਲੋਂ ਲਿਖਾਏ ਗਏ। ਇਹਨਾਂ ਸਾਰਿਆਂ ਦੀ ਗਿਣਤੀ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਹੋਣਾ ਨੇ 350 ਤੋਂ ਵੱਧ ਦੱਸੀ। ਇਹ ਫੌਜ ਚੁੱਕ ਕੇ ਲੈ ਗਈ, ਇਹ ਸਾੜ ਦਿੱਤੇ ਗਏ ਜਾਂ ਅਜੇ ਤੱਕ ਹਕੂਮਤ ਦੇ ਕੋਲ ਨੇ, ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਔਰ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਬੜੀ ਵਿਲੱਖਣ ਘਟਨਾ ਹੈ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਨੂੰ ਫਤਿਹ ਕਰ ਰਿਹਾ, ਰਸਤੇ ਦੇ ਵਿੱਚ ਮਿਚਨੀ ਨੂੰ ਫਤਿਹ ਕਰਨਾ ਪੈਣਾ ਸੀ ਅਤੇ ਮਿਚਨੀ ਦੇ ਵਿੱਚ ਇੱਕ ਫਕੀਰ ਦੀ ਦਰਗਾਹ ਸੀ। ਹੁਣ ਉੱਥੋਂ ਜਦੋਂ ਜਾਣਾ ਅਤੇ ਕੁਦਰਤਨ ਫਕੀਰ ਦਾ ਜਿਹੜੇ ਮੁਰੀਦ ਨੇ ਉਹ ਸਿੱਖ ਫੌਜ ਦੇ ਖਿਲਾਫ ਜੂਝਣਗੇ, ਉਸ ਜੰਗ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਆਦਮੀਆਂ ਦਾ। ਬਸ ਸ਼ੇਰੇ ਪੰਜਾਬ ਕੁਝ ਹੋਰ ਸੋਚ ਰਿਹਾ, ਉੱਥੇ ਇੱਕ ਲਾਇਬ੍ਰੇਰੀ ਹੈ, ਉੱਥੇ ਹਮਲਾ ਕਰਨ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਫਕੀਰ ਅਜੀਜ਼ੂਦੀਨ, ਦੀਵਾਨ ਮੋਕਮ ਚੰਦ ਅਤੇ ਆਪਣੇ ਹੋਰ ਜਰਨੈਲਾਂ ਨੂੰ, ਜਿਹਨਾਂ 'ਚ ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਵੀ ਨੇ, ਉਹਨਾਂ ਨੂੰ ਕਹਿੰਦੇ ਕਿ ਇਹ ਇਲਾਕਾ ਫਤਿਹ ਕਰਨ ਤੋਂ ਪਹਿਲਾਂ ਜਿਹੜੀ ਇੱਥੇ ਲਾਇਬ੍ਰੇਰੀ ਹੈ ਜਿਹਦੇ ਵਿੱਚ ਇਸਲਾਮ ਦਾ ਬਹੁ ਕੀਮਤੀ ਖਜ਼ਾਨਾ ਪਿਆ, ਸਭ ਤੋਂ ਪਹਿਲਾਂ ਇਸ ਖਜ਼ਾਨੇ ਨੂੰ ਲਾਹੌਰ ਦੇ ਵਿੱਚ ਹਿਫਾਜ਼ਤ ਨਾਲ ਪਹੁੰਚਾਇਆ ਜਾਵੇ, ਫਿਰ ਉੱਥੇ ਹਮਲਾ ਕਰਾਂਗੇ। ਇੰਝ ਹੀ ਹੋਇਆ। ਦੁਸ਼ਮਣ ਹੈ ਪਰ ਦੁਸ਼ਮਣ ਦੇ ਵੀ ਕਿਸੇ ਇਤਿਹਾਸਕ ਜਾਂ ਹੱਥ ਲਿਖਤ ਸਰੋਤ ਦਾ ਨੁਕਸਾਨ ਨਾ ਹੋਵੇ।
ਉਸ ਰਣਜੀਤ ਸਿੰਘ ਨੇ ਉਹ ਸਾਰਾ ਖਜ਼ਾਨਾ, ਉਹ ਸਾਰੀਆਂ ਕਿਤਾਬਾਂ ਲਾਹੌਰ ਦੀ ਲਾਇਬ੍ਰੇਰੀ ਦੇ ਵਿੱਚ ਸਥਾਪਿਤ ਕਰਕੇ ਉੱਥੇ ਪਹੁੰਚਾਈਆਂ। ਉਹਦੇ ਤੋਂ ਬਾਅਦ ਉਸਨੇ ਉਸ ਇਲਾਕੇ 'ਤੇ ਹਮਲਾ ਕੀਤਾ। ਉਹਦੇ ਪਿੱਛੇ ਸੋਚ ਕੀ ਸੀ ਕਿ ਕਿਸੇ ਵੀ ਧਰਮ ਦੀ ਕਿਸੇ ਲਿਖਤ ਦਾ ਨੁਕਸਾਨ ਨਾ ਹੋਵੇ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਸ ਕਿਤਾਬ ਦੇ ਵਿੱਚ ਮੈਂ ਲਿਖਿਆ, ਬਕਾਇਦਾ ਹਵਾਲਾ ਵੀ ਦਿੱਤਾ ਕਿ ਇੰਨੇ ਗ੍ਰੰਥ ਸਾਡੇ ਜਿਹੜੇ ਕਦੀ ਨਹੀਂ ਮਿਲ ਸਕਦੇ, ਇੰਨਾ ਸਾਡਾ ਇਤਿਹਾਸਿਕ ਵਿਰਸਾ ਜਿਹੜਾ ਖਤਮ ਕਰ ਦਿੱਤਾ ਗਿਆ। ਪਰ ਜਦੋਂ ਸਾਡੇ ਕੋਲ ਰਾਜ ਸੀ, ਅਸੀਂ ਕਦੀ ਵੀ ਕਿਸੇ ਧਰਮ ਦੇ ਕਿਸੇ ਹੱਥ ਲਿਖਤ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇੱਥੋਂ ਤੱਕ ਕਿ ਮੈਂ ਕਈ ਵਾਰ ਆਖਦਾ ਹੁੰਦਾ ਕਿ ਜੇਕਰ ਸਾਡੇ ਉਸ ਖਿੱਤੇ 'ਚ ਲਹਿੰਦੇ ਪੰਜਾਬ, ਜਿਹੜਾ ਅੱਜ ਦਾ ਪਾਕਿਸਤਾਨ ਆ, ਜੇਕਰ ਇਸਲਾਮ ਦੇ ਤਬਰੁਕਾਤ, ਇਸਲਾਮ ਦੇ ਪੈਗੰਬਰ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਮਰੀਦਾਂ ਦੀਆਂ ਜੇ ਕੁਝ ਵਸਤਾਂ ਜਾਂ ਯਾਦਗਾਰਾਂ ਪਈਆਂ ਨੇ, ਤਾਂ ਸਿੱਖਾਂ ਦੀ ਬਦੌਲਤ ਨੇ, ਸਿੱਖ ਰਾਜ ਦੀ ਬਦੌਲਤ ਨੇ ਕਿ ਉਹਨਾਂ ਨੇ ਉਹਨਾਂ ਦੇ ਧਰਮ ਦੇ ਕੀਮਤੀ ਜਿਹੜੇ ਤਬਰੁਕਾਤ ਸੀ ਜਾਂ ਫਿਰ ਯਾਦਗਾਰਾਂ ਸੀ, ਉਹਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ। ਹਾਲਾਂਕਿ ਸਾਡੇ ਨਾਲ ਲੜ ਉਸ ਵੇਲੇ ਮੁਸਲਮਾਨ ਰਿਹਾ। ਕਾਬਲ ਤੱਕ ਸਾਡੀਆਂ ਸਾਰੀਆਂ ਜੰਗਾਂ, ਚਾਹੇ ਕਾਬਲ ਦੀ ਜੰਗ ਹੋਵੇ, ਚਾਹੇ ਕਸ਼ਮੀਰ ਦੀ ਫਤਿਹ ਹੋਵੇ, ਪਸ਼ਾਵਰ ਦੀ ਜੰਗ ਹੋਵੇ, ਮੁਲਤਾਨ ਦੀ ਜੰਗ ਹੋਵੇ, ਸਾਨੂੰ ਸਾਰੇ ਥਾਵਾਂ 'ਤੇ ਲੜਨਾ ਉਹਨਾਂ ਨਾਲ ਪੈ ਰਿਹਾ। ਪਰ ਉਹਨਾਂ ਦੀਆਂ ਪਵਿੱਤਰ ਵਸਤਾਂ ਸਾਡੇ ਘਰ 'ਚ ਪਈਆਂ ਨੇ। ਦੂਸਰੇ ਪਾਸੇ 1947 ਦੇ ਵਿੱਚ ਸਾਨੂੰ ਭਰੋਸਾ ਇਹ ਦਿੱਤਾ ਜਾ ਰਿਹਾ ਕਿ ਤੁਸੀਂ ਆਪਣੀ ਕਿਸਮਤ ਇਸ ਦੇਸ਼ ਦੇ ਨਾਲ ਜੋੜ ਲਓ ਅਤੇ ਤੁਹਾਨੂੰ ਐਸੇ ਖਿੱਤੇ ਦੇ ਵਿੱਚ ਪੂਰਨ ਆਜ਼ਾਦੀ ਮਿਲੇਗੀ ਜਿੱਥੇ ਤੁਸੀਂ ਆਪਣੇ ਅਧਿਕਾਰਾਂ, ਹੱਕਾਂ ਅਤੇ ਆਜ਼ਾਦੀ ਦਾ ਨਿੱਘ ਮਾਣ ਸਕੋ। ਇਹੀ ਗੱਲ ਸਾਨੂੰ ਕਹੀ ਗਈ, ਇਹੋ ਸਾਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ, ਇਹੀ ਗੱਲ ਮਹਾਤਮਾ ਗਾਂਧੀ ਨੇ ਕਹੀ, ਬਕਾਇਦਾ ਤੌਰ 'ਤੇ ਅਖਬਾਰਾਂ 'ਚ ਲਿਖੀ ਮਿਲਦੀ ਹੈ ਕਿ ਸਿੱਖਾਂ ਨੂੰ ਇੱਕ ਐਸਾ ਰਾਖਵਾਂ ਖਿੱਤਾ ਦਿੱਤਾ ਜਾਵੇਗਾ, ਫੈਡਰਲ ਸਟਰਕਚਰ, ਜਿਹਦੇ ਵਿੱਚ ਉਹ ਆਪਣੇ ਹੱਕਾਂ ਅਤੇ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਵਕਤ ਬੀਤਿਆ, ਦੇਸ਼ ਆਜ਼ਾਦ ਹੋਇਆ, ਪਰ ਹੈਰਾਨਗੀ ਦੀ ਗੱਲ ਹੈ, ਪਿੱਛੇ ਜੇ ਕੋਈ ਸਿੱਖ ਵਿਦਵਾਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਕੋਈ ਸਬੂਤ ਨਹੀਂ ਹੈਗਾ ਵੀ ਇਵੇਂ ਦਾ ਸਰਕੂਲਰ ਜਾਰੀ ਹੋਇਆ ਹੋਵੇ, ਅਤੇ ਸਰਦਾਰ ਗੁਰਤੇਜ ਸਿੰਘ ਹੁਣਾਂ ਨੇ ਬਕਾਇਦਾ ਤੌਰ 'ਤੇ ਉਹ ਸਰਕੂਲਰ ਜਿਹੜਾ ਸੀਗਾ ਉਹ ਕੱਢ ਕੇ ਮੀਡੀਆ ਦੇ ਵਿੱਚ ਪੇਸ਼ ਕੀਤਾ ਕਿ ਬਕਾਇਦਾ ਤੌਰ 'ਤੇ ਉਸ ਸਮੇਂ ਡਿਪਟੀ ਕਮਿਸ਼ਨਰ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਅਤੇ ਇਹਨਾਂ ਦੇ ਲੋਕ ਜਿਹੜੇ ਨੇੜੇ ਵੱਸਦੇ ਨੇ ਉਹਨਾਂ ਦੀ ਹਿਫਾਜ਼ਤ ਦਾ ਖਾਸ ਖਿਆਲ ਰੱਖਿਆ ਜਾਵੇ। ਸਾਨੂੰ ਜਰਾਇਮ ਪੇਸ਼ਾ ਬਣਾ ਦਿੱਤਾ। ਸਿੱਖ ਆਗੂਆਂ ਨੇ ਗੱਲ ਕੀਤੀ ਨਹਿਰੂ ਦੇ ਨਾਲ ਕਿ ਤੁਸੀਂ ਸਾਡੇ ਨਾਲ ਇਹ ਵਾਅਦੇ ਕੀਤੇ ਸੀ, ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਬਹੁਤ ਖੂਨ ਡੋਲਿਆ, ਕਿਤੇ ਅਸੀਂ ਗਿਣਤੀ ਨੂੰ ਵੇਖਣ ਦਾ ਯਤਨ ਤਾਂ ਕਰੀਏ। ਸਾਡੀ ਉਸ ਸਮੇਂ ਆਬਾਦੀ 2% ਤੋਂ ਘੱਟ ਹੈ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਸ਼ਹਾਦਤ ਤੋਂ ਲੈ ਕੇ ਗ੍ਰਿਫਤਾਰੀਆਂ ਤੱਕ ਸਾਡਾ ਹਿੱਸਾ 85% ਤੋਂ ਵੱਧ ਹੈ। ਦੂਜੇ ਪਾਸੇ ਜਿਨ੍ਹਾਂ ਦੀ ਆਬਾਦੀ 90% ਹੈ ਉਹਨਾਂ ਦੇ ਕੋਲ ਸ਼ਹਾਦਤਾਂ ਅਤੇ ਕੁਰਬਾਨੀਆਂ 2% ਨਹੀਂ ਬਣਦੀਆਂ। ਸੋ ਅਸੀਂ ਸਾਰੇ ਦੇਸ਼ ਨੂੰ ਆਜ਼ਾਦ ਕਰਾਇਆ, ਆਜ਼ਾਦ ਕਰਾਉਣ ਤੋਂ ਬਾਅਦ ਅਸੀਂ ਕੇਵਲ ਇੰਨਾ ਕਿਹਾ ਕਿ ਆਪਣੇ ਵਾਅਦੇ ਦੇ ਮੁਤਾਬਕ, ਮਾਸਟਰ ਤਾਰਾ ਸਿੰਘ ਨੇ ਪੰਡਿਤ ਨਹਿਰੂ ਨੂੰ ਕਿਹਾ ਕਿ ਆਪਣੇ ਵਾਅਦੇ ਦੇ ਮੁਤਾਬਕ ਹੁਣ ਉਹਵੇਂ ਦਾ ਰਾਖਵਾਂ ਖਿੱਤਾ ਕਿਉਂ ਨਹੀਂ ਦਿੰਦੇ ਜਿੱਥੇ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਨਹਿਰੂ ਦਾ ਜਵਾਬ ਬੜਾ ਵਿਲੱਖਣ ਸੀ, ਮਾਸਟਰ ਜੀ ਵੋ ਜ਼ਮਾਨੇ ਔਰ ਥੇ ਜੇ ਜ਼ਮਾਨੇ ਔਰ ਹੈ। ਅਤੇ ਉਸ ਵੇਲੇ ਫਿਰ ਸ਼ਾਇਦ ਮਾਸਟਰ ਜੀ ਨੂੰ ਸ਼ਾਇਰੇ ਮਸ਼ਕ ਡਾਕਟਰ ਮੁਹੰਮਦ ਇਕਬਾਲ ਅਤੇ ਜ਼ਿਨ੍ਹਾਂ ਦੀ ਕਈ ਗੱਲ ਚੇਤੇ ਆਈ ਹੋਵੇਗੀ। ਮੁਹੰਮਦ ਜ਼ਿਨ੍ਹਾਂ ਨੇ ਵੀ ਕਿਹਾ ਸੀ, ਕਹਿੰਦੇ ਸੀ ਤੁਸੀਂ ਜਿਨ੍ਹਾਂ 'ਤੇ ਇਤਬਾਰ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ, ਜਦੋਂ ਇਹਨਾਂ ਨੂੰ ਆਜ਼ਾਦ ਹੋਏ ਵੇਖੋਗੇ ਨਾ ਫਿਰ ਇਹਨਾਂ ਦਾ ਇਹ ਰੂਪ ਨਹੀਂ ਹੋਵੇਗਾ। ਉਹੀ ਗੱਲ ਹੋਈ ਜਦੋਂ ਅਸੀਂ ਸ਼ਹਾਦਤਾਂ ਦੇ ਰਹੇ ਸੀ
ਉਦੋਂ ਕਿਹਾ ਜਾ ਰਿਹਾ ਸੀ ਕਿ ਤੁਹਾਨੂੰ ਹੱਕ ਅਤੇ ਅਧਿਕਾਰਾਂ ਨੂੰ ਮਾਨਣ ਦੇ ਵਾਸਤੇ ਇੱਕ ਵੱਖਰਾ ਖਿੱਤਾ ਦਿੱਤਾ ਜਾਵੇਗਾ। ਹੁਣ ਆਜ਼ਾਦੀ ਮਿਲ ਗਈ ਹੈ, ਉਹ ਹਾਕਮ ਬਣ ਗਏ ਨੇ, ਕਹਿੰਦੇ ਭੁੱਲ ਜਾਓ ਉਹ ਜ਼ਮਾਨੇ ਹੋਰ ਸੀ, ਹੁਣ ਇਹ ਜ਼ਮਾਨੇ ਹੋਰ ਨੇ, ਹੁਣ ਉਹ ਜ਼ਮਾਨੇ ਨਹੀਂ ਰਹੇ। ਔਰ ਉਸੇ ਹਕੂਮਤ ਨੇ ਜਦੋਂ ਦਰਬਾਰ ਸਾਹਿਬ ਦੇ ਉੱਪਰ ਇਹ ਹਮਲਾ ਕੀਤਾ ਅਤੇ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ, ਉਹਨਾਂ ਨੇ ਬਕਾਇਦਾ ਤੌਰ 'ਤੇ ਖੁਲਾਸਾ ਕੀਤਾ ਡਾਕੂਮੈਂਟਸ ਦੇ ਨਾਲ। ਉਹ ਕਹਿੰਦੇ ਨੇ ਕਿ ਜਦੋਂ ਮੈਂ ਟੈਂਕ ਖੜ੍ਹੇ ਵੇਖੇ ਅਤੇ ਕਹਿੰਦੇ ਉਸ ਵੇਲੇ ਮੈਂ ਰਣਜੀਤ ਦਿਆਲ ਨੂੰ ਜਾ ਕੇ ਮਿਲਿਆ, ਕਹਿੰਦੇ ਉੱਥੇ ਕੁਲਦੀਪ ਬਰਾੜ ਵੀ ਸੀ, ਕਹਿੰਦੇ ਮੈਂ ਉਸਨੂੰ ਜਾ ਕੇ ਕਿਹਾ ਕਿ ਜੋ ਤੁਸੀਂ ਕਰਨ ਲੱਗੇ ਉਹ ਗਲਤ ਹੈ, ਇੰਨੇ ਵੱਡੇ ਸਪੈਸ਼ਡ ਸ਼ੈਲ ਦੇ ਨਾਲ ਅਤੇ ਇੰਨੀ ਵੱਡੀਆਂ ਜਿਹੜੀਆਂ ਤੋਪਾਂ ਦੀ ਵਰਤੋਂ ਦੇ ਨਾਲ ਬਹੁਤ ਨੁਕਸਾਨ ਹੋਵੇਗਾ। ਅਤੇ ਕਹਿੰਦੇ ਉਸ ਵੇਲੇ ਬੜੇ ਦਾਅਵੇ ਦੇ ਨਾਲ ਰਣਜੀਤ ਦਿਆਲ ਨੇ ਆਪਣੀ ਪੱਗ ਦੇ ਵਿੱਚੋਂ ਪਿੰਨ ਕੱਢੀ ਅਤੇ ਪੱਗ ਦੇ ਵਿੱਚੋਂ ਪਿੰਨ ਕੱਢ ਕੇ ਮੈਨੂੰ ਕਹਿੰਦਾ ਹੈ ਕਿ ਫਿਕਰ ਨਾ ਕਰੋ, ਸਾਡੇ ਟੈਂਕਾਂ ਦੇ ਗੋਲਿਆਂ ਦੀ ਇੰਨੀ ਐਕੂਰੇਸੀ ਹੈ ਕਿ ਇੱਕ ਪਿੰਨ 'ਤੇ ਵੀ ਅਸੀਂ ਨਿਸ਼ਾਨਾ ਲਗਾ ਸਕਦੇ। ਔਰ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਾਂ, ਉਹ ਦਸਤਾਵੇਜ਼ ਮੈਂ ਕਿਤਾਬ ਦੇ ਵਿੱਚ ਦਿੱਤਾ ਹੋਇਆ। ਓਫੀਸ਼ਲੀ ਇਹ ਗੱਲ ਕਹੀ ਗਈ ਕਿ ਸਾਨੂੰ ਟੈਂਕਾਂ ਦੀ 2-3 ਗੋਲਿਆਂ ਦੀ ਵਰਤੋਂ ਕਰਨੀ ਪਈ। ਜਦੋਂ ਸਰਦਾਰ ਜਗਜੀਤ ਸਿੰਘ ਹੋਣਾਂ ਨੇ ਅਤੇ ਅਰਜਨ ਸਿੰਘ ਹੋਣਾਂ ਨੇ ਜਾਂ ਹੋਰ ਸਿੱਖ ਜਰਨੈਲਾਂ ਨੇ ਅਕਾਲ ਤਖਤ ਸਾਹਿਬ ਦੇ ਖੰਡਰਾਤ ਬਣੇ ਉਸ ਇਲਾਕੇ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਇੱਥੇ 80 ਤੋਂ ਵੱਧ ਸਕੁਐਸ਼ ਹੈਡ ਸ਼ੈਲਸ ਦੀ ਵਰਤੋਂ ਹੋਈ ਹੈ। ਬਾਅਦ 'ਚ ਫੌਜ ਨੇ ਮੰਨਿਆ ਵੀ, ਪਰ ਪਹਿਲਾਂ ਇਹਨਾਂ ਨੇ ਆਪਣੇ ਦਸਤਾਵੇਜ਼ਾਂ ਵਿੱਚ ਖਾਨਾ ਪੂਰਤੀ ਕਰਨ ਦੇ ਵਾਸਤੇ ਕੀ ਵਰਤਿਆ ਮੈਂ ਕਿਤਾਬ 'ਚ ਦਿੱਤਾ ਹੈ। ਇਹਨਾਂ ਨੇ ਇਹ ਗੱਲ ਕਹੀ ਜਿਹੜਾ ਫੌਜ ਦੇ ਵੱਲੋਂ ਇਸ ਕਾਰਵਾਈ ਦੇ ਬਾਰੇ ਸਰਕਾਰ ਨੂੰ ਜਵਾਬ ਦਿੱਤਾ ਗਿਆ, ਕਿਹਾ ਗਿਆ ਕਿ 2-3 ਗੋਲਿਆਂ ਦੀ ਵਰਤੋਂ ਕਰਨੀ ਪਈ, ਫਿਰ ਬਾਕੀ ਗੋਲੇ ਕਿੱਥੇ ਚਲੇ, ਜਵਾਬ ਤਾਂ ਦੇਣਾ ਸੀ। ਇਹਨਾਂ ਵੱਲੋਂ ਕਿਹਾ ਗਿਆ ਕਿ ਬਾਰਡਰ ਦੇ ਉੱਪਰ ਅਸੀਂ ਇੱਕ ਸਿਖਲਾਈ ਮੁਹਿੰਮ ਦੇ ਵਿੱਚ ਇਹ ਟੈਂਕਾਂ ਦੇ ਗੋਲੇ ਚਲਾਏ, ਉਹ ਜਿਹੜਾ ਅਸਲਾ ਚਲਾਏ ਹੋਏ ਗੋਲੇ ਜਿਹੜੇ ਸੀ ਉਹ ਦਸਤਾਵੇਜ਼ਾਂ ਦੇ ਵਿੱਚ ਇੱਥੇ ਪੇਸ਼ ਕਰ ਦਿੱਤੇ। ਉਹਦੇ ਤੋਂ ਬਾਅਦ ਇੱਕ ਆਰਮੀ ਦਾ ਆਫਿਸਰ ਆਉਂਦਾ ਮਿਸਟਰ ਹੂਨ ਨੇ ਬਕਾਇਦਾ ਤੌਰ 'ਤੇ ਇਹ ਗੱਲ ਫਿਰ ਕਹੀ ਕਿ ਇਹ ਸਾਰੇ ਗੋਲੇ ਜਿਹੜੇ ਵਿਖਾਏ ਜਾ ਰਹੇ ਨੇ ਕਿ ਸਰਹੱਦ ਦੇ ਉੱਪਰ ਅਸੀਂ ਜਿਸ ਨੂੰ ਮਸਨੂਈ ਜੰਗ ਕਹਿੰਦੇ ਨੇ, ਸਕੀਮ ਜਿਹੜੀ ਆਰਮੀ ਦੀ ਹੁੰਦੀ ਸੀ ਜਿਸ ਨੂੰ ਫੀਲਡ ਟ੍ਰੇਨ ਐਕਸਰਸਾਈਜ਼ ਕਹਿੰਦੇ ਨੇ FTX, ਉਹਦੇ ਦੌਰਾਨ ਵਰਤੇ ਗਏ, ਪਰ ਨਹੀਂ, ਇਹ ਸਾਰੇ ਗੋਲੇ ਅਕਾਲ ਤਖਤ ਸਾਹਿਬ ਦੇ ਉੱਪਰ ਦਾਗ ਗਏ। ਜਦੋਂ ਪਹਿਲਾ ਗੋਲਾ ਦਾਗਿਆ ਗਿਆ ਉਹ ਅਕਾਲ ਤਖਤ ਸਾਹਿਬ 'ਤੇ ਨਹੀਂ ਲੱਗਾ, ਦਰਸ਼ਨੀ ਡਿਉੜੀ ਦੇ ਵਿੱਚ ਆ ਕੇ ਲੱਗਾ ਅਤੇ ਦਰਸ਼ਨੀ ਡਿਉੜੀ ਦੀ ਉੱਪਰਲੀ ਛੱਤ ਦੇ ਉੱਪਰ ਸੀ ਤੋਸ਼ਾਖਾਨਾ। ਤੋਸ਼ਾਖਾਨੇ ਵਿੱਚ ਸਾਡੀਆਂ ਉਹ ਚੀਜ਼ਾਂ ਬਰਬਾਦ ਹੋ ਗਈਆਂ ਜਿਹੜੀਆਂ ਅੱਜ ਕੌਮ ਨੂੰ ਨਹੀਂ ਮਿਲ ਸਕਦੀਆਂ। ਮੈਂ ਆਰੰਭ 'ਚ ਕਿਹਾ ਸੀ ਕਿ ਉਸ ਜੰਗ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ, ਅੱਜ ਸਰਕਾਰ ਨੇ ਸਾਡੇ ਨਾਲ ਕੀਤਾ ਕਿ ਉਹਦਾ ਅਧਿਐਨ ਕਰਨ ਦਾ ਜ਼ਰੂਰ ਯਤਨ ਕਰੀਏ। ਉਹਦੇ ਵਿੱਚ ਕੀ ਸੀ ਜਿਹੜਾ ਅੱਜ ਸਾਨੂੰ ਨਹੀਂ ਮਿਲ ਸਕਦਾ, ਉਹ ਕਿੰਨਾ ਕੀਮਤੀ ਸੀ, ਅੱਜ ਅਸੀਂ ਮਿਲੀਅਨ ਬਿਲੀਅਨ ਲਾ ਕੇ ਵੀ ਪ੍ਰਾਪਤ ਨਹੀਂ ਕਰ ਸਕਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਹੈਦਰਾਬਾਦ ਦੇ ਵਿੱਚ ਅੰਦਰੂਨੀ ਤੌਰ 'ਤੇ ਪਰ ਗੜਬੜ ਫੈਲ ਗਈ। ਹੈਦਰਾਬਾਦ ਦੇ ਨਿਜ਼ਾਮ ਨੇ ਆਪਣੇ ਉਸ ਸਮੇਂ ਇੱਕ ਜਿਹੜਾ ਮੈਸੰਜਰ ਸੀ ਜਿਸ ਨੂੰ ਕਾਸਿਦ ਕਹਿ ਦਿੰਦੇ ਹਾਂ, ਉਹ ਸੀ ਮਹੀਉਦੀਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਭੇਜਿਆ ਕਿ ਤੁਹਾਡਾ ਰਾਜ ਬੜਾ ਸ਼ਾਂਤ ਹੈ। ਹੁਣ ਤੁਸੀਂ ਵੇਖੋ ਉਹ ਕਿਵੇਂ ਦਾ ਰਾਜ ਹੋਵੇਗਾ ਜਿੱਥੇ ਰਾਜ ਕਰਨ ਵਾਲਿਆਂ ਦੀ ਗਿਣਤੀ 12-13 ਪ੍ਰਤੀਸ਼ਤ ਹੈ, ਸਿੱਖਾਂ ਦੀ ਗਿਣਤੀ 9% ਆ, ਅਤੇ ਜਿਨ੍ਹਾਂ ਲੋਕਾਂ ਦੇ ਉੱਪਰ ਅਸੀਂ ਰਾਜ ਕਰ ਰਹੇ ਉਹ ਦੋਵੇਂ ਸੁਖੀ ਵੱਸ ਰਹੇ, ਕੋਈ ਫਿਰਕੂ ਦੰਗਾ ਨਹੀਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇੱਕ ਰਿਕਾਰਡ ਹੈ, ਆ ਪਿੱਛੇ ਜੀ ਹੁਣ ਆਸਟ੍ਰੇਲੀਆ ਦੀ ਅਖਬਾਰ ਦੇ ਵਿੱਚ ਵੀ ਇਸਦਾ ਸਰਵੇਖਣ ਹੋਇਆ, ਇੱਕ ਰਿਕਾਰਡ ਹੈ 40 ਸਾਲ ਦਾ ਰਾਜ। ਆ ਤੁਸੀਂ ਜਾਂਦੇ ਹੋ ਇੱਥੇ ਕਿਸੇ ਵੀ ਤੁਸੀਂ ਕੈਸਲ 'ਚ ਚਲੇ ਜਾਓ, ਜਿਹੜੇ ਵੀ ਕੈਸਲ ਦੇ ਵਿੱਚ ਜਾਓਗੇ ਉੱਥੇ ਨਾਲ ਟੋਰਚਰ ਜਾਂ ਜੇਲ੍ਹ ਖਾਨਾ ਜ਼ਰੂਰ ਬਣਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜੇਲ੍ਹ ਵਿਖਾ ਦਿਓ,
40 ਸਾਲ ਦਾ ਰਾਜ ਕਿਸੇ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ, 40 ਸਾਲ ਦਾ ਰਾਜ ਇੱਕ ਵੀ ਫਿਰਕੂ ਦੰਗਾ ਨਹੀਂ ਕਿ ਦੋ ਧਰਮਾਂ ਦਾ ਆਪਸੀ ਝਗੜਾ ਹੋਵੇ, 40 ਸਾਲ ਦਾ ਰਾਜ ਕਿਸੇ ਇੱਕ ਵੀ ਵਿਅਕਤੀ ਨੂੰ ਭੁੱਖਾ ਨਹੀਂ ਮਰਨ ਦਿੱਤਾ। ਦੋ ਵਾਰੀ ਕਾਲ ਪਿਆ, ਇੱਕ ਵਾਰੀ ਪੰਜਾਬ 'ਚ, ਇੱਕ ਵਾਰੀ ਕਸ਼ਮੀਰ ਦੇ ਵਿੱਚ। ਉਹ ਚੀਜ਼ਾਂ ਮਨੁੱਖ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ, ਰੇਟ ਵੱਧ ਜਾਂਦੇ ਨੇ, ਚੀਜ਼ਾਂ ਮਹਿੰਗੀਆਂ ਮਿਲਦੀਆਂ ਨੇ। ਪਰ ਰਣਜੀਤ ਸਿੰਘ ਕੀ ਕਰਦਾ ਸੀ, ਦੋ ਵਾਰੀ ਕਾਲ ਪਿਆ, ਉਹਨੇ ਆਪਣੇ ਜਿੰਨੇ ਵੀ ਭੰਡਾਰ ਅਤੇ ਗੋਦਾਮ ਸੀ ਇਹ ਕਹਿ ਕੇ ਖੋਲ੍ਹ ਦਿੰਦਾ ਸੀ, ਪੈਸਾ ਦੇਣ ਦੀ ਲੋੜ ਨਹੀਂ, ਜਿੰਨੀ ਵਕਤ ਲਿਜਾ ਸਕਦੇ ਹੋ ਲੈ ਜਾਓ, ਇਵੇਂ ਦਾ ਰਾਜ ਸੀ ਉਹਦਾ। ਹੁਣ ਹੈਦਰਾਬਾਦ ਦਾ ਨਿਜ਼ਾਮ ਕਹਿੰਦਾ ਹੈ ਕਿ ਮੇਰੇ ਕੋਲ ਇੰਨੀ ਜ਼ਿਆਦਾ ਬਹੁਧਰਮੀ ਲੋਕ ਨੇ, ਇਹਦੇ ਬਾਵਜੂਦ ਵੀ ਰਾਜ ਦੇ ਵਿੱਚ ਅਸਥਿਰਤਾ ਹੈ, ਸ਼ਾਂਤੀ ਨਹੀਂ, ਤੇਰੇ ਰਾਜ ਦੇ ਵਿੱਚ ਇੰਨੀ ਸ਼ਾਂਤੀ ਹੈ, ਮੈਨੂੰ ਤੇਰੇ ਕੁਛ ਜਰਨੈਲ ਚਾਹੀਦੇ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਆਪਣੀ ਫੌਜ ਦੇ ਕੁਝ ਜਥੇ ਹੈਦਰਾਬਾਦ ਭੇਜੇ, ਸਾਰੇ ਸ਼ਾਂਤੀ ਵਰਤ ਗਏ ਅਤੇ ਇਹਦੇ ਤੋਂ ਖੁਸ਼ ਹੋ ਕੇ ਨਿਜ਼ਾਮ ਹੈਦਰਾਬਾਦ ਨੇ ਉਸ ਸਮੇਂ ਇੱਕ ਕੀਮਤੀ ਚਾਨਣੀ ਭੇਜੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ। 1980 ਦੇ ਵਿੱਚ ਉਸ ਕੀਮਤੀ ਚਾਨਣੀ ਨੂੰ ਲੱਗੇ ਹੋਏ ਜਿਹੜੇ ਲਾਲ ਸੀ ਨਾ, ਉਹਦੀ ਇੱਕ ਦੀ ਕੀਮਤ ਸ਼ਾਇਦ 25-35 ਕਰੋੜ ਅੱਗ ਗਈ ਸੀ, ਉਹ ਲਾਲਾਂ ਦੇ ਨਾਲ ਭਰੀ ਹੋਈ ਸੀ। ਇਹ ਜਿਹੜਾ ਕੁੱਲ ਨੁਕਸਾਨ ਹੈ ਉਸ ਚਾਨਣੀ ਦੇ ਸੜਨ ਕਰਕੇ ਸ਼੍ਰੋਮਣੀ ਕਮੇਟੀ ਦੇ ਮੁਤਾਬਕ 200 ਕਰੋੜ ਦਾ ਹੈ। 200 ਕਰੋੜ ਛੋਟੀ ਚੀਜ਼ ਆ, ਪਰ ਉਹ ਚਾਨਣੀ ਜਿਹੜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਈ ਨਿਜ਼ਾਮ ਹੈਦਰਾਬਾਦ ਦੇ ਵੱਲ, ਅਤੇ ਸ਼ੇਰੇ ਪੰਜਾਬ ਨੇ ਜਦੋਂ ਉਸ ਚਾਨਣੀ ਦੀ ਸੁੰਦਰਤਾ ਵੇਖੀ ਨਾ, ਕਹਿੰਦਾ ਕਿ ਇਹ ਇੰਨੀ ਸੁੰਦਰ ਹੈ, ਇਹ ਮੇਰੀ ਔਕਾਤ ਨਹੀਂ ਕਿ ਮੈਂ ਇਹਦੇ ਥੱਲੇ ਬੈਠ ਸਕਾਂ, ਮੇਰੇ ਗੁਰੂ ਨੂੰ ਭੇਟ ਕਰ ਦਿੱਤੀ ਜਾਵੇ। ਜਦੋਂ ਗੁਰੂ ਪਾਤਸ਼ਾਹ ਦੇ ਦਰਬਾਰ 'ਚ ਭੇਜੀ ਤਾਂ ਉਸ ਵੇਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇ ਦੇ ਜਥੇਦਾਰ ਸੀ, ਕੁਝ ਸਰੋਤਾਂ ਦੇ ਮੁਤਾਬਕ ਅਕਾਲੀ ਫੂਲਾ ਸਿੰਘ ਅਤੇ ਕੁਝ ਸਰੋਤਾਂ ਦੇ ਮੁਤਾਬਕ ਅਕਾਲੀ ਫੂਲਾ ਸਿੰਘ ਸ਼ਹਾਦਤ ਪ੍ਰਾਪਤ ਕਰ ਚੁੱਕੇ ਸਨ, ਉਹਨਾਂ ਦੀ ਜਗ੍ਹਾ ਦੇ ਉੱਪਰ ਬਾਬਾ ਨੈਣਾ ਸਿੰਘ ਸਨ। ਉਹ ਕਹਿੰਦੇ ਰਣਜੀਤ ਸਿੰਘ ਇਹ ਤੇਰਾ ਵਡੱਪਣ ਹੈ ਕਿ ਤੂੰ ਕਿਹਾ ਕਿ ਮੈਂ ਚਾਨਣੀ ਆਪਣੇ ਉੱਪਰ ਨਹੀਂ ਲਾਉਣੀ ਅਤੇ ਮੈਂ ਗੁਰੂ ਨੂੰ ਭੇਟ ਕਰਨੀ ਹੈ। ਹੋ ਸਕਦਾ ਹੈ ਇਹ ਚਾਨਣੀ ਕਿਤੇ ਨਿਜ਼ਾਮ ਨੇ ਆਪਣੇ ਉੱਪਰ ਲਾਈ ਹੋਵੇ, ਅਤੇ ਕਿਸੇ ਵਿਅਕਤੀ ਦੇ ਉੱਪਰ ਲੱਗੀ ਹੋਈ ਚਾਨਣੀ ਗੁਰੂ ਦੇ ਉੱਪਰ ਨਹੀਂ ਲੱਗ ਸਕਦੀ, ਤੋਸ਼ੇਖਾਨੇ 'ਚ ਰੱਖ ਦਿਉ। ਚਾਨਣੀ ਗੁਰੂ ਨੂੰ ਭੇਟ ਕਰ ਦਿੱਤੀ ਪਰ ਗੁਰੂ ਦੇ ਉੱਪਰ ਨਹੀਂ ਲਾਈ, ਵੀ ਹੋ ਸਕਦਾ ਕਿਸੇ ਮਨੁੱਖ ਦੇ ਉੱਪਰ ਨਾ ਲੱਗੀ ਹੋਵੇ, ਇੰਨਾ ਜ਼ਿਆਦਾ ਸਤਿਕਾਰ। ਉਹ ਚਾਨਣੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਦੋਂ ਕੰਵਰ ਨੌਨਿਹਾਲ ਸਿੰਘ ਨੂੰ ਵਿਆਹਣ ਵਾਸਤੇ ਜਾਣਾ ਸੀ, ਉਹਦਾ ਲਾਹੌਰ ਦੇ ਸੁਨਿਆਰਿਆਂ ਨੇ ਸਿਹਰਾ ਤਿਆਰ ਕੀਤਾ, ਜਦੋਂ ਉਹਦੇ ਮੱਥੇ 'ਤੇ ਲਾਉਣ ਲੱਗਾ ਤਾਂ ਉਹ ਸਿਹਰਾ ਇੰਨਾ ਪਿਆਰਾ ਸੀ, ਕਹਿੰਦਾ ਮੇਰੇ ਪੋਤਰੇ ਦੇ ਸਿਰ ਤੋਂ ਰਹਿਣ ਦਿਓ, ਗੁਰੂ ਦੇ ਚਰਨਾਂ 'ਚ ਭੇਟ ਕਰਦੇ। ਉਹ ਸਿਹਰਾ ਵੀ ਉੱਥੇ ਸੀ, ਨੁਕਸਾਨਿਆ ਗਿਆ। ਗੱਲ 200 ਜਾਂ 300 ਕਰੋੜ ਦੀ ਨਹੀਂ ਹੈ ਕਿ ਕੌਮ ਦੇ ਇਹ ਜਿਹੜੀ ਕੀਮਤੀ ਵਿਰਾਸਤ ਸਵਾਹ ਬਣ ਗਈ, ਕਦੀ ਇਹ ਕੌਮ ਨੂੰ ਦੁਬਾਰਾ ਮਿਲ ਸਕਦੀ? ਨਹੀਂ ਮਿਲ ਸਕਦੀ। ਦੂਜੇ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਕਿ ਅਸੀਂ ਕਿਉਂ ਕਹਿੰਦੇ ਹਾਂ ਦੁਨੀਆ ਦਾ ਇੱਕ ਵਿਲੱਖਣ ਰਾਜ, ਅਤੇ ਕਿਉਂ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਸਾਡੇ ਕੀਮਤੀ ਤਬਰਕਾਤ, ਸਾਡੀਆਂ ਕੀਮਤੀ ਵਸਤਾਂ, ਸਾਡੀਆਂ ਯਾਦਗਾਰਾਂ, ਸਾਡੀ ਵਿਰਾਸਤ ਉਹਨਾਂ ਲੋਕਾਂ ਨੇ ਸਾਡੇ ਹੀ ਘਰ ਆ ਕੇ ਤਬਾਹ ਕਰ ਦਿੱਤੀ ਜਿਨ੍ਹਾਂ ਨੂੰ ਅਸੀਂ ਆਜ਼ਾਦ ਕਰਾਇਆ। ਦੂਜੇ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੁਸ਼ਮਣ ਹੈ ਇਸਲਾਮ ਧਰਮ, ਹਰ ਜਗ੍ਹਾ 'ਤੇ ਉਸਨੂੰ ਮੁਸਲਮਾਨਾਂ ਨਾਲ ਜੰਗ ਲੜਨੀ ਪੈ ਰਹੀ ਹੈ, ਪਰ ਉਹਦੇ ਘਰ ਦੇ ਵਿੱਚ ਉਹ ਵਸਤਾਂ ਪਈਆਂ ਨੇ ਜਿਹੜੀਆਂ ਮੁਸਲਮਾਨਾਂ ਕੋਲ ਹੈ ਹੀ ਨਹੀਂ ਸੀ। ਇਹ ਵਸਤਾਂ ਕਿੱਥੋਂ ਆਈਆਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਚੱਲਾਂ। ਜਨਵਰੀ 1401 ਤੈਮੂਰ ਨੇ ਹਮਲਾ ਕੀਤਾ ਸੀਰੀਆ ਦੇ ਉੱਪਰ, ਅਤੇ ਸੀਰੀਆ ਦੇ ਜਿਹੜੇ ਸ਼ੇਖ ਸੀ ਉਹਨਾਂ ਨੇ ਅਰਬ ਦੇ ਇਲਾਕੇ ਦੇ ਵਿੱਚੋਂ ਲੁੱਟ ਕੇ ਲਿਆਂਦੀਆਂ ਸੀ ਹਜ਼ਰਤ ਮੁਹੰਮਦ ਸਾਹਿਬ ਦੀਆਂ ਕੁਛ ਨਿਸ਼ਾਨੀਆਂ, ਕੁੱਲ ਗਿਣਤੀ ਇਹਨਾਂ ਦੀ 34 ਦੇ ਕਰੀਬ ਹੈ। ਜਦੋਂ ਉਹਨਾਂ ਦੇ ਉੱਪਰ ਹਮਲਾ ਹੋਇਆ ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਨਜ਼ਰਾਨੇ ਦੇ ਵਜੋਂ ਇਹ ਸਾਰੀਆਂ ਚੀਜ਼ਾਂ ਤੈਮੂਰ ਨੂੰ ਦੇ ਦਿੱਤੀਆਂ, ਜਿਹ 'ਚ ਮੁਹੰਮਦ ਸਾਹਿਬ ਦੀ ਇੱਕ ਸੋਟੀ, ਮੁਹੰਮਦ ਸਾਹਿਬ ਦੇ ਪੈਰਾਂ ਦਾ ਜੋੜਾ, ਮੁਹੰਮਦ ਸਾਹਿਬ ਦਾ ਰੁਮਾਲ,
ਉਹਨਾਂ ਦੀ ਬੇਟੀ ਦੀਆਂ ਕੀਮਤੀ ਵਸਤਾਂ, ਹਜ਼ਰਤ ਆਇਸ਼ਾ ਦੀਆਂ ਕੀਮਤੀ ਵਸਤਾਂ, ਹਜ਼ਰਤ ਫਾਤਮਾ ਦਾ ਕੋਈ ਸਮਾਨ, ਹਜ਼ਰਤ ਅਲੀ ਦੀ ਟੋਪੀ, ਬਹੁਤ ਸਾਰੇ ਐਸੀਆਂ ਚੀਜ਼ਾਂ ਜਿਹੜੀਆਂ ਇਸਲਾਮ ਦੇ ਕੋਲ ਕਦੀ ਨਾ ਹੁੰਦੀਆਂ। ਉਹ ਸਾਰੀਆਂ ਚੀਜ਼ਾਂ ਤੈਮੂਰ ਨੂੰ ਦੇ ਦਿੱਤੀਆਂ, ਤੈਮੂਰ ਦੇ ਖਾਨਦਾਨ ਦੇ ਵਿੱਚੋਂ ਬਾਬਰ ਕੋਲ ਆ ਗਈਆਂ। ਬਾਬਰ 1526 ਦੇ ਵਿੱਚ ਜਦੋਂ ਹਿੰਦੁਸਤਾਨ ਆਉਂਦਾ ਤਾਂ ਉਹ ਸਾਰੀਆਂ ਵਸਤਾਂ ਆਪਣੇ ਨਾਲ ਲੈ ਆ। ਬਹੁਤਾ ਵਿਸਥਾਰ 'ਚ ਨਾ ਜਾਈਏ ਕਿਉਂਕਿ ਉਹਨੇ ਕੁ ਵਕਤ 'ਚ ਸਮਾਪਤ ਕਰਨਾ। ਉਹ ਸਾਰੀਆਂ ਵਸਤਾਂ ਜਿਹੜੀਆਂ ਸੀ ਉਹ ਬਾਬਰ ਦਿੱਲੀ ਲੈ ਆਇਆ। ਬਾਬਰ ਦੇ ਪਰਿਵਾਰ ਦਾ ਹੌਲੀ ਹੌਲੀ ਔਰੰਗਜ਼ੇਬ ਤੱਕ ਅੰਤ ਹੋਇਆ ਅਤੇ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਉਦੋਂ ਉਹਦੇ ਕੋਲ ਉਹ ਵਸਤਾਂ ਨਹੀਂ ਲੁੱਟੀਆਂ ਗਈਆਂ, ਉਹ ਦਿੱਲੀ ਰਹੀਆਂ। ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਉਦੋਂ ਉਹਦਾ ਧਿਆਨ ਤਾਂ ਸੀ ਪਰ ਉਹ ਖਜ਼ਾਨਾ ਸਾਰਾ ਸ਼ਾਹ ਮੁਹੰਮਦ ਦੀ ਪਤਨੀ ਬੇਗਮ ਜ਼ਮਾਨੀ ਦੇ ਕੋਲ ਸੀ। ਹੁਣ ਅਹਿਮਦ ਸ਼ਾਹ ਅਬਦਾਲੀ ਉੱਥੇ ਕਰਦਾ ਕੀ ਹੈ? ਅਹਿਮਦ ਸ਼ਾਹ ਅਬਦਾਲੀ ਨੇ ਸ਼ਾਹ ਮੁਹੰਮਦ ਦੀ ਬੇਟੀ ਜਿਸ ਦਾ ਨਾਮ ਹਜ਼ਰਤ ਬਾਨੋ ਸੀ ਉਹਨੂੰ ਆਪਣੇ ਨਾਲ ਵਿਆਹ ਲਿਆ ਅਤੇ ਆਲਮਗੀਰ ਦੂਸਰੇ ਦੀ ਬੇਟੀ ਜਿਸ ਦਾ ਨਾਮ ਜ਼ਹਰਾ ਬੇਗਮ ਉਸ ਨੂੰ ਆਪਣੇ ਬੇਟੇ ਨਾਲ ਵਿਆਹ ਲਿਆ ਅਤੇ ਲੈ ਕੇ ਵਾਪਸ ਤੁਰ ਪਿਆ। ਜਿਹੜੀ ਬੇਗਮ ਜ਼ਮਾਨੀ ਸੀ ਜਿਹਦੀ ਬੇਟੀ ਨੂੰ ਲੈ ਕੇ ਜਾ ਰਿਹਾ ਸੀ ਉਹਨੇ ਸੋਚਿਆ ਕਿ ਮੈਂ ਇੱਥੇ ਇਕੱਲੀ ਰਹਿ ਗਈ ਹਾਂ, ਮੈਂ ਇੱਥੇ ਰਹਿ ਕੇ ਕੀ ਕਰਨਾ। ਉਹ ਵੀ ਨਾਲ ਤੁਰ ਪਈ। ਜਦੋਂ ਜੰਮੂ ਦੇ ਕੋਲ ਗਏ ਤਾਂ ਉਹਨੇ ਕਿਹਾ ਮੇਰੇ ਲਈ ਅੱਗੇ ਜਾਣਾ ਔਖਾ, ਸਿਹਤ ਇਜਾਜ਼ਤ ਨਹੀਂ ਦਿੰਦੀ। ਉਹ ਜੰਮੂ ਰੁਕ ਗਈ। ਇਹ ਸਾਰੀਆਂ ਕੀਮਤੀ ਵਸਤਾਂ ਬੇਗਮ ਜ਼ਮਾਨੀ ਦੇ ਕੋਲ ਸੀ, ਜਿਸ ਨੂੰ ਜ਼ਮਾਨੀ ਬੇਗਮ ਕਿਹਾ ਜਾਂਦਾ। ਉਸਨੇ ਸਾਰੀਆਂ ਵਸਤਾਂ ਜੰਮੂ ਰੱਖ ਲਈਆਂ। ਕਿੰਨਾ ਚਿਰ ਬੰਦਾ ਬਿਨਾਂ ਰੋਟੀ ਤੋਂ ਗੁਜ਼ਾਰਾ ਕਰ ਸਕਦਾ ਜਾਂ ਕਿੰਨਾ ਚਿਰ ਕੋਲ ਪੈਸੇ ਰਹਿ ਸਕਦੇ ਨੇ? ਹੌਲੀ ਹੌਲੀ ਪੈਸੇ ਮੁੱਕ ਗਏ ਅਤੇ ਉਸ ਨੇ ਆਪਣਾ ਗੁਜ਼ਾਰਾ ਕਰਨ ਦੇ ਵਾਸਤੇ ਇਹ ਸਾਰੀਆਂ ਚੀਜ਼ਾਂ 25,000 ਚ ਗਹਿਣੇ ਰੱਖ ਦਿੱਤੀਆਂ ਜੰਮੂ ਦੇ ਇੱਕ ਸੁਨਿਆਰੇ ਦੇ ਕੋਲ ਅਤੇ ਆਪ ਉਹ ਜੰਮੂ ਦੇ ਰਾਜੇ ਰਣਜੀਤ ਦੇਵ ਦੀ ਸ਼ਰਨ 'ਚ ਰਹਿ ਰਹੀ ਸੀ। ਕੁਝ ਮਹੀਨੇ ਬਾਅਦ ਉਹਦੀ ਬੇਟੀ ਜਿਸ ਨੂੰ ਵਿਆਹ ਕੇ ਲੈ ਗਿਆ ਸੀ ਅਹਿਮਦ ਸ਼ਾਹ ਅਬਦਾਲੀ ਉਹਦੀ ਮੌਤ ਹੋ ਗਈ। ਉਹਦੀ ਲਾਸ਼ ਜਿਹੜੀ ਸੀ ਜੰਮੂ ਭੇਜ ਦਿੱਤੀ ਗਈ ਰਸਤੇ 'ਚੋਂ। ਹੁਣ ਉਹ ਸੋਚਦੀ ਹੈ ਕਿ ਮੈਂ ਜੰਮੂ ਵੀ ਨਹੀਂ ਰਹਿਣਾ, ਮੇਰੀ ਬੇਟੀ ਦੀ ਵੀ ਮੌਤ ਹੋ ਗਈ, ਮੈਂ ਵਾਪਸ ਦਿੱਲੀ ਚਲੀ ਜਾਵਾਂ। ਦਿੱਲੀ ਜਾਣ ਵਾਸਤੇ ਹੁਣ ਉਹਨੂੰ ਉਹ ਵਸਤਾਂ ਛਡਾਉਣ ਦੇ ਪੈਸੇ ਨਹੀਂ। ਜਦੋਂ ਉਹਨੇ ਕੋਸ਼ਿਸ਼ ਕੀਤੀ ਤਾਂ ਸੁਨਿਆਰੇ ਨੇ ਕਿਹਾ ਕਿ ਮੇਰਾ 25,000 ਰੁਪਇਆ ਦੇ ਦਿਓ ਅਤੇ ਆਪਣੀਆਂ ਵਸਤਾਂ ਲੈ ਲਓ। ਹੁਣ ਵਸਤਾਂ ਛਡਾਉਣ ਦੇ ਵਾਸਤੇ ਦੋ ਬੰਦੇ ਸਾਹਮਣੇ ਆਉਂਦੇ ਨੇ, ਫਰੀਦ ਸਾਹਿਬ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਹੈ, ਇਹਨਾਂ ਦਾ ਗੱਦੀ ਨਸ਼ੀਨ, ਅਤੇ ਇੱਕ ਪੀਰ ਮੁਹੰਮਦ ਚੱਠੇ ਦਾ ਬੇਟਾ ਗੁਲਾਮ ਮੁਹੰਮਦ ਚੱਠਾ, ਰਸੂਲਪੁਰ ਦੇ ਰਹਿਣ ਵਾਲੇ। ਉਹ ਸਾਰੀਆਂ ਚੀਜ਼ਾਂ ਇਹਦੇ ਕੋਲ ਲੈ ਲੈਂਦੇ ਨੇ 25,000 ਰੁਪਈਏ ਦੇ 'ਚ ਅਤੇ ਇਹਨੂੰ ਕਹਿੰਦੇ ਨੇ ਜਦੋਂ ਤੇਰੇ ਕੋਲ ਪੈਸੇ ਹੋਣਗੇ ਅਸੀਂ ਤੇਰੀਆਂ ਵਸਤਾਂ ਵਾਪਸ ਕਰ ਦੇਵਾਂਗੇ। ਉਹਦੇ ਕੋਲ ਪੈਸੇ ਨਹੀਂ ਬਣ ਸਕੇ, ਰਾਜਭਾਗ ਜਾ ਚੁੱਕਾ ਸੀ। ਇਹ ਚੀਜ਼ਾਂ ਉਹਨਾਂ ਨੇ ਆਪਸ 'ਚ ਵੰਡ ਲਈਆਂ ਅਤੇ ਇਹ ਸਾਰੀਆਂ ਜਿਹੜੀਆਂ ਵਸਤਾਂ ਸੀ ਇਹ ਪੀਰ ਮੁਹੰਮਦ ਚੱਠੇ ਦਾ ਪੁੱਤਰ ਗੁਲਾਮ ਮੁਹੰਮਦ ਚੱਠਾ ਜਿਹੜਾ ਸੀ ਉਹ ਰਸੂਲਪੁਰ ਨਗਰ ਲੈ ਆਇਆ, ਜਿਸ ਨੂੰ ਅੱਜ ਰਾਮਨਗਰ ਕਿਹਾ ਜਾਂਦਾ। ਅਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਾਹ ਸਿੰਘ ਨੇ ਰਸੂਲ ਨਗਰ 'ਤੇ ਹਮਲਾ ਕੀਤਾ, ਚੱਠੇ ਹਾਰ ਗਏ। ਇਹ ਸਾਰੀਆਂ ਵਸਤਾਂ ਮਾਹ ਸਿੰਘ ਦੇ ਕੋਲ ਆ ਗਈਆਂ। ਹੁਣ ਇਹ ਸਾਰੀਆਂ ਇਸਲਾਮ ਦੀਆਂ ਕੀਮਤੀ ਨਿਸ਼ਾਨੀਆਂ ਨੇ, ਹੈਗੀਆਂ ਰਣਜੀਤ ਸਿੰਘ ਦੇ ਬਾਪ ਦੇ ਕੋਲ। ਉਸ ਨੇ ਇਸ ਨੂੰ ਬੜਾ ਸੰਭਾਲ ਕੇ ਰੱਖਿਆ ਗੁਜਰਾਂ ਵਾਲਿਆਂ। ਸਾਡਾ ਧਾਰਮਿਕ ਤੌਰ 'ਤੇ ਉਹਨਾਂ ਵਸਤਾਂ ਨਾਲ ਕੋਈ ਸੰਬੰਧ ਨਹੀਂ। ਉਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਇਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਵਸਤਾਂ ਆਪਣੇ ਕੋਲ ਲਈਆਂ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਲਾਹੌਰ ਦੇ ਉੱਪਰ ਦੁਸ਼ਮਣ ਵੀ ਹਮਲਾ ਕਰ ਸਕਦਾ, ਉਹਨੇ ਇਹ ਸਾਰੀਆਂ ਵਸਤਾਂ ਆਪਣੀ ਸੱਸ ਸਦਾ ਕੌਰ ਨੂੰ ਬਟਾਲੇ ਭੇਜ ਦਿੱਤੀਆਂ। ਇਹਨਾਂ ਵਸਤਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਰਣਜੀਤ ਸਿੰਘ ਦੀ ਬਾਅਦ ਇਹ ਵਸਤਾਂ ਸਾਰੀਆਂ ਮੁਕੇਰੀਆਂ ਚਲੀਆਂ ਗਈਆਂ ਸ਼ੇਰ ਸਿੰਘ ਦੇ ਕੋਲ। ਜਦੋਂ ਸ਼ੇਰ ਸਿੰਘ ਲਾਹੌਰ ਆਉਂਦਾ ਹੈ ਸਾਰੀਆਂ ਵਸਤਾਂ ਇੱਥੇ ਲੈ ਆਉਂਦਾ ਹੈ। ਇਹ ਸਾਰੀਆਂ ਵਸਤਾਂ ਲਾਹੌਰ ਕਿਲ੍ਹੇ ਦੇ ਤੋਸ਼ੇਖਾਨੇ 'ਚ ਰੱਖੀਆਂ ਗਈਆਂ। ਕਿਸੇ ਧਰਮ ਦੀਆਂ ਵਸਤਾਂ ਦਾ ਇੰਨਾ ਸਤਿਕਾਰ। ਉਹਦੇ ਤੋਂ ਬਾਅਦ ਮਹਾਰਾਣੀ ਜਿੰਦਾ ਤੱਕ, ਉਹ ਸਾਰਾ ਇੰਗਲੈਂਡ ਤੱਕ ਤਾਂ ਤੁਸੀਂ ਸਾਰਾ ਸਫ਼ਰ ਜਾਣਦੇ ਹੋ, ਮਹਾਰਾਣੀ ਜਿੰਦਾ ਤੱਕ ਉਹ ਸਾਰੀਆਂ ਵਸਤਾਂ ਕਿਲ੍ਹੇ ਦੇ ਤੋਸ਼ੇਖਾਨੇ 'ਚ ਰਹੀਆਂ।
ਅਤੇ ਮੁਸਲਮਾਨ ਲੋਕ ਆ ਕੇ ਦਰਸ਼ਨ ਕਰਦੇ ਸੀ, ਉਹਨਾਂ ਨੂੰ ਪੂਰੀ ਖੁੱਲ੍ਹ ਹੁੰਦੀ ਸੀ। ਅੱਜ ਉਹ ਵਸਤਾਂ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਪਈਆਂ। ਜਦੋਂ ਹੈਨਰੀ ਲਾਰੈਂਸ ਨੇ ਕਬਜ਼ਾ ਕੀਤਾ ਲਾਹੌਰ ਦੇ ਉੱਪਰ ਤਾਂ ਉਹ ਸਾਰੀਆਂ ਵਸਤਾਂ ਲਿਸਟ ਬਣਾ ਕੇ ਨੂਰਦੀਨ ਨੂੰ ਦੇ ਦਿੱਤੀਆਂ ਗਈਆਂ, ਫਕੀਰ ਅਜੀਜ਼ੂਦੀਨ ਦੇ ਪਰਿਵਾਰ ਦੇ ਵਿੱਚੋਂ। ਮੈਂ ਰਾਜ ਦੀ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ 3 ਪੀੜ੍ਹੀਆਂ ਤੱਕ ਇੱਕ ਧਰਮ ਦੀਆਂ ਪਵਿੱਤਰ ਯਾਦਗਾਰਾਂ ਪਈਆਂ ਰਹੀਆਂ, ਅਤੇ ਅੱਜ ਸਾਡੀ ਬਦੌਲਤ ਉਹ ਲਾਹੌਰ ਦੀ ਬਾਦਸ਼ਾਹੀ ਮਸਜਿਦ ਦੇ ਵਿੱਚ। ਦੂਜੇ ਪਾਸੇ ਸਾਡੀ ਵਿਰਾਸਤ ਅਤੇ ਸਾਡੀਆਂ ਕੀਮਤੀ ਯਾਦਗਾਰਾਂ ਇਹ ਸਰਕਾਰ ਨੇ ਬਰਬਾਦ ਕਰ ਦਿੱਤੀਆਂ। 14 ਜੂਨ 1984 ਨੂੰ ਇੱਕ ਖਬਰ ਪ੍ਰਕਾਸ਼ਿਤ ਹੁੰਦੀ ਹੈ, ਕਿਸੇ ਆਮ ਮੀਡੀਆ ਦੇ ਵਿੱਚ ਨਹੀਂ, ਦੂਰਦਰਸ਼ਨ ਟੈਲੀਵਿਜ਼ਨ ਦੇ ਉੱਪਰ। ਉਸ ਖਬਰ ਦੇ ਵਿੱਚ ਕੀ ਹੈ ਕਿ ਦਰਬਾਰ ਸਾਹਿਬ ਦੀ ਤਲਾਸ਼ੀ ਲਈ ਗਈ, ਦਰਬਾਰ ਸਾਹਿਬ ਦੇ ਕਮਰਿਆਂ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਘਾਤਕ ਨਸ਼ੇ, ਹੀਰੋਇਨ, ਸਮੈਕ, ਅਫੀਮ, ਨਸ਼ੀਲੀਆਂ ਗੋਲੀਆਂ, ਇਹਦੇ ਤੋਂ ਇਲਾਵਾ ਕੁਛ ਔਰਤਾਂ ਅਤੇ ਔਰਤਾਂ ਦੇ ਵਸਤਰ ਅਤੇ ਗਰਭ ਨਿਰੋਧਕ ਗੋਲੀਆਂ ਬਰਾਮਦ ਹੋਈਆਂ। ਇਹ ਦੂਰਦਰਸ਼ਨ ਦੀ ਨਿਊਜ਼ ਹੈ। ਉਹਦੇ ਤੋਂ ਬਾਅਦ ਇਹ ਸਾਰੀ ਖਬਰ ਅਖਬਾਰਾਂ ਦੇ ਵਿੱਚ ਗਈ, ਅਖਬਾਰਾਂ ਦੇ ਵਿੱਚ ਵੀ ਇਹ ਗੱਲਾਂ ਛਪ ਗਈਆਂ ਕਿ ਸਰਕਾਰੀ ਖਬਰ ਹੈ, ਕਿਸੇ ਫੌਜੀ ਅਧਿਕਾਰੀ ਨੇ ਇਸਦਾ ਖੰਡਨ ਨਹੀਂ ਕੀਤਾ। ਹੋਇਆ ਕੀ, ਇਹਦੇ ਤੋਂ ਬਾਅਦ ਇੱਕ ਕਾਮਰੇਡ ਬੂਟਾ ਰਾਮ ਨੇ ਕਿਤਾਬ ਲਿਖੀ ਕਾਲੇ ਦਿਲਾਂ ਦੀ ਦਾਸਤਾਨ, ਉਹਨੇ ਇਸ ਨੂੰ ਆਧਾਰ ਬਣਾ ਕੇ ਉਸ ਕਿਤਾਬ ਵਿੱਚ ਲਿਖਿਆ ਕਿ ਮੈਂ ਅੰਮ੍ਰਿਤਸਰ ਆਪਣੇ ਰਿਸ਼ਤੇਦਾਰ ਦੇ ਕੋਲ ਗਿਆ, ਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਕਰਫਿਊ ਲੱਗਾ ਹੋਇਆ ਸੀ, ਇੱਕਦਮ ਫੌਜ ਆਈ, ਫੌਜੀ ਅਧਿਕਾਰੀਆਂ ਨੇ ਸਾਡਾ ਦਰਵਾਜ਼ਾ ਖੜਕਾਇਆ, ਅਸੀਂ ਉਹਨਾਂ ਨੂੰ ਪੁੱਛਿਆ ਕੀ ਗੱਲ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਕੁਛ ਔਰਤਾਂ ਦੇ ਵਸਤਰ ਮੁਹੱਲੇ ਦੇ ਵਿੱਚੋਂ ਇਕੱਠੇ ਕਰ ਦਿਓ, ਅਸੀਂ ਬਹੁਤ ਸਾਰੀਆਂ ਨਿਰਵਸਤਰ ਲੜਕੀਆਂ ਦਰਬਾਰ ਸਾਹਿਬ 'ਚੋਂ ਬਰਾਮਦ ਕੀਤੀਆਂ। ਬਿਲਕੁਲ ਝੂਠੀ ਕਹਾਣੀ ਕੱਢ ਦਿੱਤੀ, ਜਿਹਦੇ 'ਚ ਕੋਈ ਸੱਚਾਈ ਨਹੀਂ ਸੀ। ਇਹ ਸਾਰੀ ਕਹਾਣੀ ਘੜ ਕੇ ਅਖਬਾਰਾਂ 'ਚ ਆ ਗਈ, ਦੂਰਦਰਸ਼ਨ ਤੋਂ ਪਬਲਿਸ਼ ਹੋ ਗਈ, ਇੱਥੋਂ ਤੱਕ ਕਿ ਇਸ ਕਾਮਰੇਡ ਬੂਟਾ ਰਾਮ ਨੇ ਆਪਣੀ ਕਿਤਾਬ 'ਚ ਵੀ ਲਿਖ ਦਿੱਤਾ ਕਿ ਦਰਬਾਰ ਸਾਹਿਬ ਦੇ ਅੰਦਰੋਂ ਮੇਰਾ ਰਿਸ਼ਤੇਦਾਰ ਗਵਾਹ ਹੈ ਕਿ ਅੰਦਰੋਂ ਨਿਰਵਸਤਰ ਲੜਕੀਆਂ ਬਰਾਮਦ ਹੋਈਆਂ। ਅੰਮ੍ਰਿਤਸਰ ਦਾ ਸਾਬਕਾ ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਸਿੰਘ, ਉਹ ਕਹਿੰਦਾ ਕਿ ਜਦੋਂ ਮੈਂ ਫੌਜੀ ਅਧਿਕਾਰੀਆਂ ਨੂੰ ਗੱਲ ਕੀਤੀ ਕਿ ਦੱਸੋ ਕੀ ਬਰਾਮਦ ਹੋਇਆ, ਕਿਹੜੇ ਪਰਿਵਾਰ ਦੀ ਕਿਹੜੀ ਲੜਕੀ ਕਿੱਥੋਂ ਬਰਾਮਦ ਹੋਈ ਹੈ, ਕੁਝ ਵੀ ਨਹੀਂ ਸੀ। ਕਹਿੰਦੇ ਮੈਂ ਕੁਲਦੀਪ ਰਾੜ ਨੂੰ ਕਿਹਾ ਕਿ ਇਸ ਗੱਲ ਦਾ ਖੰਡਨ ਕਿਉਂ ਨਹੀਂ ਕਰਦੇ, ਕਹਿੰਦਾ ਮੇਰਾ ਚੁੱਪ ਰਹਿਣਾ ਹੀ ਖੰਡਨ ਹੈ। ਕਹਿੰਦਾ ਕਿ ਦਰਬਾਰ ਸਾਹਿਬ ਦੇ ਅੰਦਰੋਂ ਬਰਾਮਦਗੀ ਦੇ ਵਿੱਚ ਕੁਝ ਪਾਕਿਸਤਾਨੀ ਕਰੰਸੀ ਤੋਂ ਬਿਨਾਂ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਮੈਂ ਇਹਦੇ ਵਿੱਚ ਬਕਾਇਦਾ ਤੌਰ 'ਤੇ ਸਰਕਾਰੀ ਜਿਹੜੀ RTO ਦੇ ਰਾਹੀਂ ਕਢਾਈ ਗਈ ਰਿਪੋਰਟ ਹੈ ਉਹ ਦਿੱਤੀ ਹੋਈ ਹੈ, ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕੇਸ ਦਰਜ ਨਹੀਂ ਸੀ। ਜਿਹੜੇ ਕੇਸ ਉਹਨਾਂ ਦੇ ਉੱਪਰ ਪਾਏ ਗਏ ਉਹ ਸਾਰਿਆਂ ਦੇ ਵਿੱਚੋਂ ਸਾਫ਼ ਹੋ ਚੁੱਕੇ ਸਨ। ਇਹਦੇ ਬਾਵਜੂਦ ਸਰਕਾਰ ਨੇ ਪੇਸ਼ ਕਰਨ ਦਾ ਕੀ ਯਤਨ ਕੀਤਾ ਕਿ ਅੰਦਰ ਅਨੈਤਿਕ ਕੰਮ ਹੁੰਦੇ ਸੀ, ਅੰਦਰ ਲੜਕੀਆਂ ਰੱਖੀਆਂ ਹੋਈਆਂ ਸੀ, ਕਿਸੇ ਸਰਕਾਰੀ ਨੁਮਾਇੰਦੇ ਨੇ ਇਸਦਾ ਖੰਡਨ ਨਹੀਂ ਕੀਤਾ। ਉਹਦਾ ਕਾਰਨ ਕਿ ਜਿੰਨਾ ਵੱਧ ਤੋਂ ਵੱਧ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਉਹਨਾਂ ਕਰਨਾ ਸੀ। ਸੋ ਇਸ ਘੱਲੂਘਾਰੇ ਵਿੱਚ ਮੈਂ ਆਰੰਭ ਵਿੱਚ ਕਹੀ ਸੀ ਕਿ ਸਰੀਰਕ ਤੌਰ 'ਤੇ ਸਾਡਾ ਨੁਕਸਾਨ ਹੋਇਆ, ਪਰ ਉੱਥੇ ਜਿਹੜਾ ਸਰੀਰਕ ਨੁਕਸਾਨ ਹੈ ਉਹ ਜਾਗਦੀਆਂ ਜ਼ਮੀਰਾਂ ਕਰਕੇ ਉਹ ਤਾਂ ਸਾਡਾ ਸ਼ਹਾਦਤ ਦੇ ਦਾਇਰੇ 'ਚ ਆ ਗਿਆ ਕਿ ਸਾਡੇ ਸਿੰਘਾਂ ਨੇ ਫੌਜ ਦੇ ਨਾਲ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਇਤਿਹਾਸ ਦੇ ਵਿੱਚ ਇੱਕ ਵਿਲੱਖਣ ਸਥਾਨ ਹੈ ਉਹਨਾਂ ਦਾ, 18ਵੀਂ ਸਦੀ ਦੇ ਸਾਰੇ ਵਰਤਾਰੇ ਨੂੰ ਸਾਡੇ ਸਾਹਮਣੇ ਦ੍ਰਿਸ਼ਮਾਨ ਕੀਤਾ ਹੈ, ਪਰ ਜਿਹੜਾ ਆਹ ਨੁਕਸਾਨ ਹੋਇਆ ਕੌਮ ਦਾ, ਇਹਦੇ ਬਾਰੇ ਅਸੀਂ ਕਦੇ ਚਿੰਤਨ ਨਹੀਂ ਕੀਤਾ ਕਿ ਸਾਡੇ ਕੀਮਤੀ ਤਬਰੁਕਾਤ ਕਦੀ ਵਾਪਸ ਨਹੀਂ ਆ ਸਕਣ, ਸਾਡੀਆਂ ਕੀਮਤੀ ਹੱਥ ਲਿਖ ਗ੍ਰੰਥ। ਮੈਂ ਕਈ ਵਾਰੀ ਇੱਕ ਹੋਰ ਚਿੰਤਾ ਕਰਦਾ ਹੁੰਦਾ, ਇਹ ਮੈਨੂੰ ਉਸ ਵੇਲੇ ਪਤਾ ਲੱਗਾ ਜਦੋਂ ਇੱਕ ਸੰਸਥਾ ਹੈ ਅਖਿਲ ਭਾਰਤੀਆ ਧਰਮ ਸੰਸਕਾਰ ਪਵਿੱਤਰੀਕਰਨ ਸੱਤਿਆਗ੍ਰਹਿ ਯੋਜਨਾ, ਤੁਸੀਂ ਵੇਖੋ ਨਾਮ ਕਿੱਡਾ ਵੱਡਾ, ਇਹਨਾਂ ਨੇ ਮੰਗ ਕੀ ਕੀਤੀ, ਇਹ ਬਕਾਇਦਾ ਤੌਰ ਦੇ ਉੱਪਰ ਸ਼ਿਵ ਸੈਨਾ ਨਾਲ ਸੰਬੰਧਿਤ
ਸਿੱਖਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਵਾਲੇ ਕੁਛ ਵਿਅਕਤੀ ਜਿਹੜੇ ਸੀ ਉਹ ਇਕੱਠੇ ਹੋਏ, ਪ੍ਰੈਸ ਕਾਨਫਰੰਸ ਕੀਤੀ, ਮੰਗ ਕੀ ਕੀਤੀ ਉਸ ਸਮੇਂ, ਹੁਣ ਤਾਂ ਯਾਦਗਾਰ ਬਣ ਚੁੱਕੀ, ਉਸ ਸਮੇਂ ਗੱਲ ਚੱਲ ਰਹੀ ਕਿ ਦਰਬਾਰ ਸਾਹਿਬ ਦੇ ਅੰਦਰ 1984 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦਗਾਰ 'ਤੇ ਯਾਦਗਾਰੀ ਗੈਲਰੀ ਬਣਾਈ ਜਾਵੇ। ਇਸ ਸੰਸਥਾ ਨੇ ਮੰਗ ਕੀ ਕੀਤੀ ਕਿ ਅਸੀਂ ਚਾਹੁੰਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਫੌਜੀਆਂ ਦੀਆਂ ਯਾਦਗਾਰਾਂ ਬਣੀਆਂ ਜਾਣ। ਮੈਂ ਉਹਦੇ 'ਤੇ ਇੱਕ ਸਵਾਲ ਚੁੱਕਿਆ ਸੀ, ਉਹ ਬਕਾਇਦਾ ਤੌਰ 'ਤੇ ਮੈਂ ਪ੍ਰੈਸ ਕਾਨਫਰੰਸ ਦਾ ਹਿੱਸਾ ਦਿੱਤਾ ਵੀ ਕੀ ਅਜੇ ਤੱਕ ਤੁਸੀਂ ਮਹਿਮੂਦ ਗਜ਼ਨਵੀ ਦੀ ਮੂਰਤੀ ਮੰਦਰ 'ਚ ਸਥਾਪਿਤ ਕੀਤੀ ਹੈ, ਤੁਸੀਂ ਮੁਹੰਮਦ ਬਿਨ ਕਾਸਿਮ ਦੀ ਮੂਰਤੀ ਕਿਤੇ ਸਥਾਪਿਤ ਕੀਤੀ ਹੈ? ਜਿਹੜਾ ਹਮਲਾਵਰ ਹੋ ਕੇ ਆਵੇ ਕਿਸੇ ਦੇ ਧਰਮ ਸਥਾਨ 'ਤੇ, ਕਦੀ ਉਹਦੀਆਂ ਮੂਰਤੀਆਂ ਸਥਾਪਿਤ ਹੁੰਦੀਆਂ? ਇੱਕ ਤਾਂ ਤੁਸੀਂ ਸਾਡੇ ਧਰਮ ਸਥਾਨ ਦੇ ਉੱਪਰ ਹਮਲਾਵਰ ਹੋ ਕੇ ਆ ਰਹੇ ਹੋ, ਅਤੇ ਦੂਜੇ ਬੰਨੇ ਤੁਸੀਂ ਕਹਿ ਰਹੇ ਹੋ ਕਿ ਹਮਲਾਵਰਾਂ ਦੀਆਂ ਮੂਰਤੀਆਂ ਬਣਾਈਆਂ ਜਾ, ਉਹਨਾਂ ਦੀ ਯਾਦਗਾਰ ਬਣਾਈ ਜਾ। ਇਹਦੇ ਪਿੱਛੇ ਉਹੀ ਮਾਨਸਿਕਤਾ ਸੀ ਜਿਹੜਾ ਕਿਤੇ ਨਾ ਕਿਤੇ ਸਾਡਾ ਮਾਨਸਿਕ ਸ਼ੋਸ਼ਣ ਕਰਨਾ ਚਾਹੁੰਦੀ, ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ, ਔਰ ਉਹਦੇ ਬਾਰੇ ਅਸੀਂ ਚਿੰਤਨ ਬਹੁਤ ਘੱਟ ਕਰਦੇ ਹਾਂ। ਅਕਸਰ ਸਟੇਜਾਂ ਦੇ ਉੱਪਰ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਿਨਾਂ ਸੰਜੀਦਗੀ ਤੋਂ ਕਰ ਦਿੰਦੇ ਹਾਂ, ਪਰ ਜਿਹੜੇ ਆਹ ਸਾਡੇ ਨੁਕਸਾਨ ਹੋਏ ਨੇ, ਕਿਤੇ ਨਾ ਕਿਤੇ ਅਸੀਂ ਉਹਨਾਂ ਦੀ ਪੂਰਤੀ ਵਾਲੇ ਪਾਸੇ ਬੇਸ਼ੱਕ ਨਹੀਂ ਹੋ ਸਕਦੀ, ਉਹਨੂੰ ਸੰਜੀਦਗੀ ਦੇ ਨਾਲ ਚਿੰਤਨ ਕਰਨ ਦਾ ਯਤਨ ਜ਼ਰੂਰ ਕਰੀਏ, ਉਹਦੇ ਬਾਰੇ ਕੁਝ ਸੋਚਣ ਦਾ, ਕੁਛ ਵੇਖਣ ਦਾ ਯਤਨ ਤਾਂ ਕਰੀਏ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਕਿ ਅਜੇ ਤੱਕ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਦੇ ਵਿਰੋਧ ਦੇ ਵਿੱਚ ਕੋਈ ਜਾਂਚ ਸੰਗਠਨ ਵੀ ਨਹੀਂ ਬਣਾ ਸਕੇ ਕਿ ਸਾਡਾ ਨੁਕਸਾਨ ਕੀ ਹੋਇਆ, ਕਿਵੇਂ ਹੋਇਆ। ਮੈਂ ਜਦੋਂ ਇਹ ਕਿਤਾਬ ਲਿਖ ਰਿਹਾ ਸੀ ਤਾਂ ਮੈਨੂੰ ਇੱਕ ਪੋਸਟਮਾਰਟਮ ਰਿਪੋਰਟ ਮਿਲੀ 10 ਜੂਨ 1984 ਦੀ, ਗੋਲੀਆਂ ਲੱਗੀਆਂ ਸੀ ਬੱਚੇ ਦੇ, ਇੱਕ ਨਹੀਂ ਦੋ ਨਹੀਂ 14 ਮਿਲੀਆਂ ਗੋਲੀਆਂ ਲੱਗੀਆਂ, ਔਰ ਪੋਸਟਮਾਰਟਮ ਜਿਹੜਾ ਡਾਕਟਰ ਸੁਖਦੇਵ ਸਿੰਘ ਨੇ ਕੀਤਾ 10 ਜੂਨ ਨੂੰ ਕੀਤਾ। ਉਸ ਪੋਸਟਮਾਰਟਮ ਵਿੱਚ ਬੜਾ ਕਲੀਅਰ ਹੈ ਕਿ ਛਾਤੀ 'ਚ ਖੱਬੇ ਪਾਸੇ ਗੋਲੀਆਂ ਲੱਗੀਆਂ, ਸੱਜੇ ਪਾਸੇ ਗੋਲੀਆਂ ਲੱਗੀਆਂ, ਸਾਰੀਆਂ ਗੋਲੀਆਂ ਇਹਨਾਂ 14 ਪੋਸਟਮਾਰਟਮ ਰਿਪੋਰਟਾਂ ਦੇ 'ਚ, ਮੈਂ ਉਹਦੀ ਕਾਪੀ ਵੀ ਦਿੱਤੀ ਹੋਈ ਕਿਤਾਬ 'ਚ, ਗੋਲੀਆਂ ਛਾਤੀ 'ਚ ਨੇ। ਇੱਕ ਗੱਲ ਬੜੀ ਵੱਖਰੀ ਹੈ, ਹਰ ਪੋਸਟਮਾਰਟਮ ਰਿਪੋਰਟ ਦੇ 'ਚ ਗੋਲ ਘੇਰਾ ਪਾ ਕੇ ਲਿਖਿਆ ਗਿਆ ਆਰਮਸ ਟਾਈਡ ਬਿਹਾਈਂਡ, ਬਾਹਾਂ ਪਿੱਛੇ ਬੰਨੀਆਂ ਹੋਈਆਂ। ਇਹਦਾ ਮਤਲਬ ਕੀ ਕਿ ਉਹ ਲੜਨ ਵਾਲੇ ਨਹੀਂ ਸੀ, ਉਹ ਆਮ ਸ਼ਰਧਾਲੂ ਸੀ। ਹੁਣ ਮੇਰੇ ਵਾਸਤੇ ਵਿਸ਼ਾ ਸੀ ਕਿ ਮੈਂ ਖੋਜ ਕਰਨੀ ਹੈ ਕੋਈ ਕੌਣ ਬੱਚੇ ਨੇ। ਮੈਨੂੰ ਇੱਕ ਨਾਮ ਦਾ ਨਾਮ ਵੀਰ ਸਿੰਘ ਮਿਲਿਆ, ਉਹਦੇ ਪਰਿਵਾਰ ਨੂੰ ਮਿਲਦਾ ਯਤਨ ਕੀਤਾ, ਕੁਝ ਹੋਰ ਗੱਲ ਖੁੱਲ੍ਹੀ, ਉਹ ਕੌਣ ਸਨ ਤੁਸੀਂ ਹੈਰਾਨ ਹੋ ਜਾਵੋਗੇ। ਦਰਬਾਰ ਸਾਹਿਬ ਦੇ ਵਿੱਚ 70 ਸਾਲ ਸਰੰਦੇ ਦੇ ਨਾਲ ਕੀਰਤਨ ਕਰਨ ਦੀ ਸੇਵਾ ਕੀਤੀ ਹੈ, ਜਾਣਦੇ ਹੋ ਤੁਸੀਂ ਉਹਨਾਂ ਦਾ ਨਾਮ? ਜਾਣਦੇ ਜੀ, ਆਟਾ ਮੰਡੀ ਵਾਲੇ। ਹਾਂਜੀ, ਬਾਬਾ ਸ਼ਾਮ ਸਿੰਘ। ਬਾਬਾ ਸ਼ਾਮ ਸਿੰਘ ਦਾ ਜਨਮ ਕਸ਼ਮੀਰ ਦੇ ਵਿੱਚ ਹੋਇਆ, ਮਾਤਾ ਪਿਤਾ ਦੀ ਉਮਰ ਬੜੀ ਛੋਟੀ ਸੀ ਜਦੋਂ ਮੌਤ ਹੋ ਗਈ। ਇਹਨਾਂ ਨੂੰ ਸੇਵਾ ਪੰਥੀ ਜਥੇ ਦੇ ਬਾਬਾ ਰਾਮ ਸਿੰਘ ਉਹਨਾਂ ਨੇ ਆਪਣੇ ਕੋਲ ਲੈਣ ਦਾ ਅਤੇ ਕੀਰਤਨ ਸਿਖਾਇਆ। ਇਹ ਕੀਰਤਨ ਦੇ ਵਿੱਚ ਇੰਨੇ ਮਾਹਰ ਹੋ ਗਏ 33 ਸਾਜ਼ਾਂ ਦੇ ਵਿੱਚ 70 ਸਾਲ ਲਗਾਤਾਰ ਦਰਬਾਰ ਸਾਹਿਬ ਦੇ ਵਿੱਚ ਸਰੰਦੇ ਦੇ ਨਾਲ ਕੀਰਤਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ। ਹੁਣ ਇੱਥੇ ਨੁਕਸਾਨ ਕੀ ਹੋਇਆ ਸਾਡਾ ਕਿ ਉਸ ਸਰੰਦੇ ਦੀ ਕੋਈ ਅਹਿਮੀਅਤ ਨਹੀਂ, ਜਿਸ ਸਰੰਦੇ ਦੇ ਨਾਲ ਇੱਕ ਸਾਡੀ ਧਾਰਮਿਕ ਸ਼ਖਸੀਅਤ ਨੇ ਦਰਬਾਰ ਸਾਹਿਬ ਦੇ ਅੰਦਰ 70 ਸਾਲ ਕੀਰਤਨ ਕੀਤਾ ਕਿ ਕੌਮ ਦੇ ਵਾਸਤੇ ਉਸ ਦੀ ਕੋਈ ਸਥਾਨ ਨਹੀਂ? ਕਦੀ ਸੋਚਿਆ ਤੁਸੀਂ ਉੱਥੇ ਕੀ ਹੋਇਆ? ਜਦੋਂ ਫੌਜ ਨੇ ਦਰਬਾਰ ਸਾਹਿਬ ਦੇ ਉੱਪਰ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਕਬਜ਼ਾ ਕਰ ਲਿਆ ਅਤੇ ਲੁੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਧਰਮਸ਼ਾਲਾ ਬਣੀ ਹੋਈ ਸੀ ਛੋਟੀ, ਉੱਥੇ ਉਹਦੇ ਸੇਵਕ ਰਹਿੰਦੇ ਸੀ ਜਿਹੜੇ ਕੀਰਤਨ ਸਿੱਖਦੇ ਸੀ 33 ਸਾਜ਼ਾਂ ਦਾ, ਇਹ 14 ਬੱਚੇ ਹੋਣ, ਉਹ ਕੀਰਤਨ ਸਿੱਖਣ ਵਾਸਤੇ ਆਏ ਅਤੇ ਫੌਜ ਨੇ ਡੇਰਾ ਲੁੱਟਣਾ ਸ਼ੁਰੂ ਕਰਤਾ। ਤੁਸੀਂ ਇਹ ਵੀ ਨਹੀਂ ਦੁਨੀਆਂ ਦੇ ਇਤਿਹਾਸ 'ਚ ਕਦੀ ਸੁਣਿਆ ਹੋਵੇਗਾ, ਅਤੇ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਗੱਲ ਦੱਸਦਾ। ਜਦੋਂ ਬਾਬਾ ਬਘੇਲ ਸਿੰਘ ਉਹਨਾਂ ਨੇ ਦਿੱਲੀ ਫਤਿਹ ਕੀਤੀ ਨਾ, ਅਤੇ ਉਸ ਸਮੇਂ ਜੌਹਰੀ ਬਾਜ਼ਾਰ ਦੇ ਬਹੁਤ ਸਾਰੇ ਸੁਨਿਆਰੇ ਇਕੱਠੇ ਹੋ ਕੇ ਆ ਗਏ ਇਹਨਾਂ ਦੇ ਸਾਹਮਣੇ,
ਸਾਰੇ ਆ ਕੇ ਸਿੰਘਾਂ ਦੇ ਸਾਹਮਣੇ ਬੈਠੇ ਨੇ, ਸਿੰਘ ਲਾਲ ਕਿਲੇ ਦੇ ਸਾਹਮਣੇ ਬੈਠੇ ਨੇ। ਹੈਰਾਨਗੀ ਦੀ ਗੱਲ ਹੈ ਕਿ ਜਿਸ ਜਗ੍ਹਾ ਤੇ ਖਲੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਫਤਵਾ ਫਰਕਸੀਆਰ ਨੇ ਜਾਰੀ ਕੀਤਾ ਸੀ ਨਾ, ਉਸੇ ਜਗ੍ਹਾ ਦੇ ਉੱਪਰ ਉਸ ਸਮੇਂ ਦਿੱਲੀ ਦੇ ਬਾਦਸ਼ਾਹ ਦੀ ਬੇਗਮ ਹੱਥ ਜੋੜ ਕੇ ਖੜੀ ਹੈ ਕਿ ਸਾਡੀ ਜਾਨ ਬਖਸ਼ ਦਿਓ। ਸਿੱਖਾਂ ਨੇ ਕੋਈ ਜਾਨੀ ਨੁਕਸਾਨ ਨਹੀਂ ਕੀਤਾ। ਜਦੋਂ ਇਹ ਜ਼ਹਰੀ ਬਾਜ਼ਾਰ ਦੇ ਸਾਰੇ ਜ਼ਹਰ ਆਏ ਜਿਹੜੇ ਸੁਨਿਆਰੇ ਸੀ, ਅੱਖਾਂ 'ਚ ਹੰਝੂ ਨੇ, ਅਤੇ ਬਾਬਾ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਨੂੰ ਕਹਿੰਦੇ ਨੇ, ਕਹਿੰਦੇ ਲੱਗਦਾ ਕਿਸੇ ਸਿੰਘ ਨੇ ਕਿਸੇ ਦੁਕਾਨ ਤੋਂ ਕੋਈ ਚੀਜ਼ ਚੁੱਕ ਲਈ ਹੈ। ਇਹਨਾਂ ਦੀ ਅੱਖਾਂ 'ਚ ਅੱਥਰੂ ਤਾਂ ਨੇ ਕਿ ਸ਼ਾਇਦ ਕੁਝ ਲੁੱਟ ਨਾ ਲਿਆ ਹੋਵੇ, ਅਤੇ ਜਾਂ ਫਿਰ ਸਾਡੇ ਜਥੇ ਦੇ ਵਿੱਚ ਕੋਈ ਲੁਟੇਰਾ ਨਾ ਸ਼ਾਮਿਲ ਹੋ ਗਿਆ ਹੋਵੇ ਜਿਹਨੇ ਇਹਨਾਂ ਦਾ ਕੋਈ ਨੁਕਸਾਨ ਕੀਤਾ ਹੋਵੇ। ਕਹਿੰਦੇ ਉਹ ਆਪਸ 'ਚ ਸਲਾਹ ਕਰ ਰਹੇ ਨੇ ਸਿੰਘ, ਅਤੇ ਫਿਰ ਆਖਰ ਪੁੱਛਦੇ ਨੇ ਬਿਨਾਂ ਉਹਨਾਂ ਦੇ ਸਵਾਲ ਕੀਤਿਆਂ, ਕਹਿੰਦੇ ਵੇਖੋ ਤੁਸੀਂ ਰੋਵੋ ਨਾ, ਜੇ ਤੁਹਾਡੀ ਦੁਕਾਨ ਦੇ ਉੱਪਰੋਂ ਕਿਸੇ ਵੀ ਚੀਜ਼ ਦਾ ਨੁਕਸਾਨ ਹੋਇਆ, ਚਾਹੇ ਕਿਲੋ ਸੋਨਾ ਕਿਉਂ ਨਾ ਹੋਵੇ, ਅਸੀਂ ਤੁਹਾਡਾ ਵਾਪਸ ਦੇਵਾਂਗੇ। ਕਹਿੰਦੇ ਨਹੀਂ ਸਰਦਾਰ ਜੀ, ਅਸੀਂ ਇਹ ਸ਼ਿਕਾਇਤ ਲੈ ਕੇ ਨਹੀਂ ਆਏ, ਸਾਡੀਆਂ ਅੱਖਾਂ 'ਚ ਹੰਝੂ ਤਾਂ ਇਸ ਕਰਕੇ ਨੇ ਵੀ ਦਿੱਲੀ ਇੱਕ ਨਹੀਂ ਬਹੁਤ ਵਾਰ ਲੋਕਾਂ ਨੇ ਜਿੱਤੀ, ਅਤੇ ਜਿੰਨੀ ਵਾਰੀ ਜਿੱਤੀ ਉਹਨਾਂ 'ਚ ਸਾਡਾ ਸੋਨਾ ਵੀ ਲੁੱਟਿਆ ਅਤੇ ਸਾਡੀ ਪੱਤ ਵੀ ਲੁੱਟੀ। ਆਹ ਪਹਿਲੇ ਜੇਤੂ ਵੇਖੇ ਨੇ ਜਿਨ੍ਹਾਂ ਨੇ ਦਿੱਲੀ ਤਾਂ ਜਿੱਤੀ ਪਰ ਸਾਥ ਸਾਡਾ ਸੋਨਾ ਲੁੱਟਿਆ ਅਤੇ ਨਾ ਸਾਡੀ ਇੱਜ਼ਤ ਲੁੱਟੀ। ਇਹ ਤਾਂ ਪਹਿਲੇ ਜੇਤੂ ਵੇਖੇ ਅਸੀਂ ਵੀ ਜਿਨ੍ਹਾਂ ਨੇ ਦਿੱਲੀ ਜਿੱਤੀ ਪਰ ਸਾਡੀ ਇੱਜ਼ਤ ਅਤੇ ਸਾਡਾ ਸੋਨਾ ਨਹੀਂ ਲੁੱਟਿਆ, ਸਾਡੀਆਂ ਅੱਖਾਂ 'ਤੇ ਛੰਜੂ ਅਤੇ ਤਾਂ ਕਰਕੇ ਨੇ। ਅਤੇ ਇਸ ਪਵਿੱਤਰ ਸਥਾਨ ਦੇ ਆਲੇ ਦੁਆਲੇ ਨੂੰ ਕਿਵੇਂ ਲੁੱਟਿਆ ਗਿਆ, ਮੈਂ ਇਸ ਕਿਤਾਬ 'ਚ 100 FIR ਦਾ ਨੰਬਰ ਦਿੱਤਾ ਹੈ। 100 FIR ਦਰਜ ਨੇ ਫਸਟ ਇਨਫੋਰਮੇਸ਼ਨ ਰਿਪੋਰਟ ਫੌਜ ਦੇ ਖਿਲਾਫ ਸਿਵਲ ਦੇ ਲੋਕਾਂ ਦੇ ਵੱਲੋਂ, ਕਾਹਦੀਆਂ ਕਿ ਸਾਡੇ ਘਰਾਂ ਦੇ ਵਿੱਚੋਂ ਫੌਜ ਸਮਾਨ ਲੁੱਟ ਕੇ ਲੈ ਗਈ। ਇਹ ਕਿਰਦਾਰ ਇਸ ਦੇਸ਼ ਦੀ ਹਕੂਮਤ ਦਾ ਸਾਡੇ ਪ੍ਰਤੀ ਸੀ। ਡੇਰਾ ਲੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੌਜਵਾਨਾਂ ਨੇ ਕਿਹਾ, ਜੀ ਇਸ ਡੇਰੇ ਦੇ ਸਾਡੇ ਕੀਮਤੀ ਸਾਜ਼ ਨੇ, ਸਾਡੇ ਪਵਿੱਤਰ ਸਾਜ਼ ਨੇ, ਜਿਨ੍ਹਾਂ ਸਾਜ਼ਾਂ ਦੇ ਨਾਲ ਅਸੀਂ ਸਾਡੇ ਵਢੇਰਿਆਂ ਨੇ ਇੱਥੇ ਕੀਰਤਨ ਕੀਤਾ। ਫੌਜ ਨੇ ਫਿਰ ਵੀ ਲੁੱਟਣਾ ਜਾਰੀ ਰੱਖਿਆ। ਜਦੋਂ ਨੌਜਵਾਨਾਂ ਨੇ ਰੋਕਿਆ ਨਾ ਲੁੱਟੋ, 14 ਨੌਜਵਾਨ ਖੜ੍ਹੇ ਕਰਕੇ ਪਿੱਛੇ ਹੱਥ ਬੰਨ ਕੇ ਗੋਲੀ ਨਾਲ ਉਡਾ ਦਿੱਤੇ। ਦੋਸ਼ ਸਿਰਫ ਇੰਨਾ ਕਿ ਉਹ ਕਹਿ ਰਹੇ ਨੇ ਕਿ ਇਸ ਡੇਰੇ ਦੇ ਇਸ ਪਵਿੱਤਰ ਸਾਜ਼ਾਂ ਨੂੰ ਨੁਕਸਾਨ ਨਾ ਪਹੁੰਚਾਇਆ ਜੇ, ਹੋਇਆ ਕਿ ਅੱਜ ਉਹ ਸਰੰਦਾ ਵੀ ਸਾਡੇ ਕੋਲ ਨਹੀਂ, ਜਿਸ ਸਰੰਦੇ ਦੇ ਨਾਲ ਬਾਬਾ ਸ਼ਾਮ ਸਿੰਘ ਹੁਣਾਂ ਨੇ ਲਗਾਤਾਰ 70 ਸਾਲ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕੀਤਾ, ਉਹ ਸਰੰਦਾ ਵੀ ਸਾਡੇ ਨਾਲ ਨੇ। ਉਹ ਬੱਚੇ ਜਿਹੜੇ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਬਾਕੀ ਸਿੰਘ ਤਾਂ ਲੜਦੇ ਸ਼ਹੀਦ ਹੋਏ ਹੋਣਗੇ, ਪਰ ਇਹ ਜਿਨ੍ਹਾਂ ਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਗਈ ਕਿ ਇਹਨਾਂ ਨੂੰ ਬਾਹਾਂ ਪਿੱਛੇ ਬੰਨ ਕੇ ਗੋਲੀਆਂ ਮਾਰੀਆਂ ਗਈਆਂ, ਉਹਨਾਂ ਦਾ ਕੋਈ ਕਸੂਰ ਨਹੀਂ, ਕੀ ਇਹ ਫੌਜ ਦਾ ਅੱਤਿਆਚਾਰ ਨਹੀਂ ਸੀ ਸਾਡੇ 'ਤੇ? ਸਾਡੇ ਵੱਲੋਂ ਕਦੀ ਵੀ ਇਸ ਦੀ ਜਾਂਚ ਦੇ ਵਾਸਤੇ ਕੋਈ ਕਮਿਸ਼ਨ ਨਹੀਂ ਗਠਿਤ ਕੀਤਾ ਗਿਆ। ਇੱਥੋਂ ਤੱਕ ਮੈਂ ਵਕਤ 'ਤੇ ਸਮਾਪਤ ਹੋ ਗਿਆ, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਇਹ ਜਿਹੜੀ ਤੋਸ਼ੇਖਾਨੇ ਵਿੱਚ ਪਵਿੱਤਰ ਚਾਲਣੀ ਸੜ ਗਈ ਨਾ, ਇਹਦੀ ਜਾਂਚ ਵਾਸਤੇ ਇੱਕ ਸਿਵਲ ਮਿਲਟਰੀ ਬੋਰਡ ਬਣਾਇਆ ਗਿਆ, ਜਿਹਦਾ ਇੰਚਾਰਜ ਮਲਿਕ ਸੀ ਫੌਜੀ ਅਧਿਕਾਰੀ। ਉਹਦੀ ਰਾਖ ਅੱਜ ਤੱਕ ਕਿੱਥੇ ਹੈ? ਮੈਂ ਤਾਂ ਇੱਥੋਂ ਤੱਕ ਵੀ ਲਿਖਿਆ ਸੀ ਕਿ ਕਮ ਸੇ ਕਮ ਉਹਦੀ ਰਾਖ ਹੀ ਅਜਾਇਬ ਘਰ 'ਚ ਦਰਸ਼ਨਾਂ ਵਾਸਤੇ ਰੱਖ ਦਿਓ ਕਿ ਸਾਡੇ ਨਾਲ ਆਹ ਕੁਝ ਕੀਤਾ ਗਿਆ। ਉਹ ਰਾਖ ਉਹਨਾਂ ਦੇ ਅਧਿਕਾਰੀਆਂ ਮੁਤਾਬਕ ਅਸੀਂ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ। ਕਿੱਥੇ ਆ ਸਾਡੇ ਕੋਲ ਕੋਈ ਰਿਕਾਰਡ? ਸੋ ਇਹ ਨੁਕਸਾਨ ਸਾਡੇ ਬਹੁਤ ਜ਼ਿਆਦਾ ਹੋਏ ਨੇ, ਕੋਈ ਥੋੜ੍ਹੇ ਨੁਕਸਾਨ ਨਹੀਂ ਹੋਏ। ਇਸ ਕਿਤਾਬ ਵਿੱਚ ਮੈਂ ਕੁਝ ਦਸਤਾਵੇਜ਼ ਦਿੱਤੇ ਨੇ ਜਿਨ੍ਹਾਂ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੀ ਪੋਸਟਮਾਰਟਮ ਰਿਪੋਰਟ, ਜਨਰਲ ਸ਼ਬੇਕ ਸਿੰਘ ਉਹਨਾਂ ਦੀ ਪੋਸਟਮਾਰਟਮ ਰਿਪੋਰਟ। ਅਤੇ ਜਨਰਲ ਸ਼ਬੇਕ ਸਿੰਘ ਇੱਕ ਇੰਨਾ ਕਾਬਲ ਜਰਨੈਲ ਸ਼ਾਇਦ ਅੱਜ ਬੰਗਲਾਦੇਸ਼ ਵਜੂਦ ਦੇ ਵਿੱਚ ਨਾ ਹੁੰਦਾ ਜੇ ਜਨਰਲ ਸ਼ਬੇਕ ਸਿੰਘ ਐਸ ਬੇਗ ਬਣ ਕੇ ਉੱਥੇ ਇੰਨੀ ਵੱਡੀ ਕਾਰਵਾਈ ਨਾ ਕਰਦੇ। ਉਹਨਾਂ ਦੇ ਐਕਸ਼ਨ, ਹੋਟਲ ਕੌਂਟੀਨੈਂਟਲ ਦੇ ਉੱਪਰ ਹਮਲਾ, ਗਰਿੱਲਾ ਵਾਰ, ਸਾਰਾ ਮੈਂ ਇਸ ਕਿਤਾਬ 'ਚ ਦਿੱਤਾ ਆ। ਪਰ ਸਭ ਤੋਂ ਅਹਿਮ ਗੱਲ
ਕਿ ਇੰਨੇ ਕਾਬਲ ਜਰਨੈਲ ਨੂੰ ਫੌਜ ਦੇ ਵਿੱਚੋਂ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਬੇਇੱਜ਼ਤ ਕਰਕੇ ਕੱਢਿਆ ਜਾ ਰਿਹਾ, ਅਤੇ ਉਹ ਜਰਨੈਲ ਜਦੋਂ ਅਦਾਲਤ ਵਿੱਚ ਕੇਸ ਲੜਦਾ, ਉਸ ਕੇਸ ਦਾ ਫੈਸਲਾ ਮੈਂ ਕਿਤਾਬ 'ਚ ਦਿੱਤਾ ਹੋਇਆ, ਅਦਾਲਤ ਕਹਿ ਰਹੀ ਹੈ ਕਿ ਇਸ ਫੌਜੀ ਅਧਿਕਾਰੀ ਦੇ ਖਿਲਾਫ ਕੋਈ ਵੀ ਦੋਸ਼ ਸਿੱਧ ਨਹੀਂ ਹੋਇਆ। ਤੁਸੀਂ ਉਸਨੂੰ ਬੇਇੱਜ਼ਤ ਕੀਤਾ। ਜਿਹੜਾ ਜਰਨੈਲ ਆਪਣੇ ਦੇਸ਼ ਦੇ ਪ੍ਰਤੀ ਇੰਨਾ ਵਫ਼ਾਦਾਰ ਹੈ ਕਿ ਉਹ ਦੇਸ਼ ਦੀ ਵਫ਼ਾਦਾਰੀ ਦੇ ਵਾਸਤੇ ਆਪਣੇ ਧਰਮ ਨੂੰ ਵੀ ਕਿਤੇ ਤਲਾਂਜਲੀ ਦਿੰਦਾ, ਕੇਸ ਕਤਲ ਕਰਾ ਕੇ ਗਏ ਬੰਗਲਾਦੇਸ਼। ਇੱਕ ਇੰਨੇ ਵਫ਼ਾਦਾਰ ਜਰਨੈਲ ਦੇ ਨਾਲ ਤੁਸੀਂ ਇਵੇਂ ਦਾ ਵਿਸਾਹਘਾਤ ਕਰਦੇ ਹੋ, ਫਿਰ ਉਹ ਲੜਨ ਦੇ ਵਾਸਤੇ ਤਿਆਰ ਹੋ ਜਾਂਦਾ। ਉਹ ਲੜਨ ਦੇ ਵਾਸਤੇ ਕਿਉਂ ਤਿਆਰ ਹੋਏ, ਉਹਦੀ ਮਾਨਸਿਕਤਾ ਨੂੰ ਸਮਝਣਾ, ਇਹਦੇ 'ਚ ਉਹਨਾਂ ਦੀ ਇੱਕ ਇੰਟਰਵਿਊ ਹੈ। ਉਸ ਇੰਟਰਵਿਊ 'ਤੇ ਸ਼ਬੇਕ ਸਿੰਘ ਕਹਿੰਦੇ ਨੇ ਕਿ ਮੇਰੇ ਨਾਲ ਕੀਤਾ ਕੀ ਗਿਆ, ਕਿੰਨਾ ਜ਼ਿਆਦਾ ਮੇਰੇ ਨਾਲ ਵਿਸਾਹਘਾਤ ਕੀਤਾ ਗਿਆ ਅਤੇ ਕਿੰਨਾ ਜ਼ਿਆਦਾ ਮੈਨੂੰ ਜਲੀਲ ਕੀਤਾ ਗਿਆ, ਅਤੇ ਮਜ਼ਬੂਰਨ ਮੈਨੂੰ ਲੜਨ ਦੇ ਵਾਸਤੇ ਤਿਆਰ ਹੋਣਾ ਪਿਆ। ਔਰ ਇਸੇ ਕਰਕੇ ਇੱਕ ਫੌਜੀ ਅਧਿਕਾਰੀ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦਾ ਭਾਰਤੀ ਹਕੂਮਤ ਦੇ ਫੌਜੀ ਜਿਹੜੇ ਸਹਿਜ ਹੀ ਸੋਚ ਕੇ ਚਲੇ ਗਏ ਸੀ ਕਿ ਅਸੀਂ ਕੁਝ ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰੋਂ ਇਹਨਾਂ ਸਿੰਘਾਂ ਨੂੰ ਖਤਮ ਕਰਕੇ ਇਲਾਕਾ ਖਾਲੀ ਕਰਾ ਲਵਾਂਗੇ, ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਗਲੇ ਪਾਸੇ ਬੰਗਲਾਦੇਸ਼ ਦੀ ਜੰਗ ਦਾ ਜੇਤੂ ਜਰਨੈਲ ਜਨਰਲ ਸ਼ਬੇਕ ਸਿੰਘ ਹੈ। ਔਰ ਜਨਰਲ ਸ਼ਬੇਕ ਸਿੰਘ ਨੇ ਜਿਸ ਤਰ੍ਹਾਂ ਉਹਨਾਂ ਨੇ ਇਸ ਜੰਗ ਨੂੰ ਲੜਿਆ, ਜਿਸ ਤਰ੍ਹਾਂ ਸ਼ਹਾਦਤ ਪ੍ਰਾਪਤ ਕੀਤੀ, ਅਤੇ ਉਹੀ ਜਰਨੈਲ ਕੁਲਦੀਪ ਬਰਾੜ ਵਰਗੇ ਜਿਹੜੇ ਕਹਿੰਦੇ ਸੀ ਦੋ ਘੰਟਿਆਂ ਦੇ ਵਿੱਚ ਸਭ ਕੁਝ ਖਤਮ ਕਰ ਦੇਵਾਂਗੇ, ਉਹੀ ਜਰਨੈਲ ਬਾਅਦ ਵਿੱਚ ਆਪਰੇਸ਼ਨ ਬਲੂ ਸਟਾਰ ਏ ਟਰੂ ਸਟੋਰੀ 'ਚ ਕਹਿ ਰਹੇ ਨੇ ਕਿ ਉਹ ਕੁਝ ਘੰਟਿਆਂ ਦੇ ਵਿੱਚ ਇੱਕ ਅੱਤ ਦਰਜੇ ਦੇ ਸੂਰਮੇ ਹੋ ਨਿਬੜੇ। ਇਹ ਉਹਨਾਂ ਦੇ ਆਪਣੇ ਸ਼ਬਦ ਨੇ। ਇਸ ਗਰਮੀ ਦੇ ਵਿੱਚ, ਇਹਨਾਂ ਹਾਲਾਤਾਂ ਵਿੱਚ, ਰਵਾਇਤੀ ਹਥਿਆਰਾਂ ਦੇ ਨਾਲ ਕਿਸ ਤਰ੍ਹਾਂ ਜੰਗ ਲੜੀ ਗਈ, ਇਹ ਇੱਕ ਵਿਲੱਖਣ ਮਿਸਾਲ ਹੈ ਇਤਿਹਾਸ ਦੇ ਵਿੱਚ। ਸੋ ਇਸ ਦੇ ਪ੍ਰਤੀ ਮੈਂ ਜੇ ਇਸ ਲੈਕਚਰ ਨੂੰ ਖਤਮ ਕਰਾਂ, ਵਕਤ ਹੋ ਗਿਆ। ਸ਼ਹਾਦਤਾਂ ਦੇ ਉੱਪਰ ਜਿਹੜੀਆਂ ਸੂਰਮਿਆਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ, ਕੌਮ ਨੂੰ ਹਮੇਸ਼ਾ ਮਾਣ ਹੁੰਦਾ, ਪਰ ਇਹਨਾਂ ਸਾਰੇ ਵਰਤਾਰਿਆਂ ਤੋਂ ਬਾਅਦ ਕੌਮ ਨੂੰ ਚਿੰਤਨ ਜ਼ਰੂਰ ਕਰਨਾ ਚਾਹੀਦਾ। ਅਸੀਂ ਕੇਵਲ ਵੱਡੀਆਂ ਵੱਡੀਆਂ ਗੱਲਾਂ ਨਾ ਕਰੀਏ, ਅਸੀਂ ਚਿੰਤਨ ਜ਼ਰੂਰ ਕਰੀਏ ਕਿ ਇਸ ਸਾਰੇ ਵਰਤਾਰੇ ਵਿੱਚ ਸਾਡੇ ਕਿਹੜੇ ਸਰੋਤਾਂ ਦਾ, ਕਿਹੜੇ ਤਬਰੁਕਾਤ ਦਾ, ਕਿਹੜੀਆਂ ਕੀਮਤੀ ਯਾਦਗਾਰਾਂ ਦਾ ਕਿੰਨਾ ਨੁਕਸਾਨ ਹੋਇਆ, ਉਹਦੇ ਪ੍ਰਤੀ ਅਸੀਂ ਕੀ ਭੂਮਿਕਾ ਨਿਭਾ ਸਕਦੇ ਹਾਂ, ਜਾਂ ਫਿਰ ਸਾਡੀ ਕੌਮ ਨੇ ਕੀ ਅਜੇ ਤੱਕ ਇਸ ਦੀ ਮੰਗ ਕਿਉਂ ਨਹੀਂ ਕੀਤੀ, ਜਾਂ ਫਿਰ ਕੀ ਸਾਡੇ, ਮੈਨੂੰ ਇੰਝ ਲੱਗਦਾ ਕਿ ਬਹੁਤ ਸਾਰੇ ਸਰੋਤ ਜਿਹੜੇ ਨੇ, ਕੁਝ ਲੋਕਾਂ ਦੇ ਕੋਲ ਸੁਰੱਖਿਅਤ ਵੀ ਹੋਣਗੇ। ਜਿਹੜੀ ਮੈਂ ਆਰੰਭ 'ਚ ਗੱਲ ਕੀਤੀ ਸੀ, ਇੱਕ ਡਰ ਮੈਨੂੰ ਸਭ ਤੋਂ ਵੱਧ ਆਉਂਦਾ, ਉਹ ਡਰ ਮੈਨੂੰ ਇਹ ਆਉਂਦਾ ਹੈ ਕਿ ਜਿੰਨੇ ਵੀ ਪੁਰਾਤਨ ਗ੍ਰੰਥ ਹੁੰਦੇ ਨੇ, ਉਹਨਾਂ ਗ੍ਰੰਥਾਂ ਦੇ ਅੱਗੇ 10-12 ਅਤੇ ਪਿੱਛੇ ਵੀ 10-12 ਖਾਲੀ ਸਫ਼ੇ ਜ਼ਰੂਰ ਲਗਾਏ ਜਾਂਦੇ ਨੇ, ਕਿਉਂਕਿ ਕਾਗਜ਼ ਉਦੋਂ ਬਹੁਤ ਔਖਾ ਮਿਲਦਾ ਸੀ, ਕਿਤੇ ਲਿਖਦਿਆਂ ਕੋਈ ਕਾਗਜ਼ ਖਰਾਬ ਹੋ ਜਾਵੇ ਤਾਂ ਉਹਨੂੰ ਰਿਪਲੇਸ ਕੀਤਾ ਜਾ ਸਕੇ। ਦੂਸਰੇ ਪਾਸੇ ਹਰ ਗ੍ਰੰਥ ਦੇ ਪਿੱਛੇ ਲਿਖਿਆ ਹੁੰਦਾ ਸ਼ਿਆਹੀ ਕੀ ਵਿਧ, ਕਿ ਇਸ ਲਿਖਤ ਨੂੰ ਲਿਖਣ ਲੱਗਿਆਂ ਇਹਨਾਂ ਇਹਨਾਂ ਚੀਜ਼ਾਂ ਤੋਂ ਸ਼ਿਆਹੀ ਤਿਆਰ ਕੀਤੀ ਗਈ ਹੈ। ਕਿਤੇ ਜੇ ਉਹ ਜਿਹੜੀਆਂ ਭਾਰਤ ਦੇ ਵਿੱਚ ਅਖਿਲ ਭਾਰਤੀ ਇਤਿਹਾਸ ਪਰਿਕਲਪ ਯੋਜਨਾ ਵਰਗੀਆਂ ਸੰਸਥਾਵਾਂ ਚੱਲ ਰਹੀਆਂ ਨੇ, ਜਿਹੜੀਆਂ ਕਹਿ ਰਹੀਆਂ ਕਿ ਹਿਸਟਰੀ ਨੂੰ ਰੀਰਾਈਟ ਕਰਨਾ, ਜੇ ਕਿਤੇ ਉਹਨਾਂ ਨੇ ਸਾਡੇ ਉਹਨਾਂ ਗ੍ਰੰਥਾਂ ਦੇ ਵਿੱਚ ਕੋਈ ਮਿਲਗੋਭਾ ਕਰ ਦਿੱਤਾ, ਸ਼ਿਆਹੀ ਕੀ ਵਿਧ ਵੀ ਹੋਵੇਗੀ, ਕਾਗਜ਼ ਵੀ ਹੋਵੇਗਾ, ਸਾਡੇ ਸਾਹਮਣੇ ਪੇਸ਼ ਵੀ ਕਰ ਦੇਣਗੇ, ਸਾਡੇ ਕੋਲ ਕੋਈ ਸਰੋਤ ਨਹੀਂ ਜਾਂ ਕੋਈ ਸਾਧਨ ਨਹੀਂ ਹੋਵੇਗਾ ਕਿ ਅਸੀਂ ਉਸ ਲਿਖਤ ਨੂੰ ਸਾਬਤ ਕਰੀਏ ਕਿ ਇਹ ਦੁਬਾਰਾ ਜਿਹੜੀ ਹੈ ਮਿਲਗੋਭਾ ਕੀਤਾ ਗਿਆ। ਸੋ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ, ਚਿੰਤਨ ਦੀ ਅਤੇ ਲੋੜ ਹੈ ਕਿ ਅਸੀਂ ਇਸ ਸਾਰੇ ਵਰਤਾਰੇ ਦਾ ਸੰਜੀਦਗੀ ਦੇ ਨਾਲ ਅਧਿਐਨ ਕਰ ਸਕੀਏ। ਸੋ ਵਕਤ ਮੇਰਾ ਸਮਾਪਤ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।